ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਦਾ ਆਨੰਦ ਮਾਣ ਰਹੇ ਗੁਰੂ ਪਿਆਰਿਓ, ਸਭ ਤੋਂ ਪਹਿਲਾਂ ਮੇਰੀ ਗੁਰਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ, ਦਾਸ ਨੂੰ ਜਿਹੜੀ ਜ਼ਿੰਮੇਵਾਰੀ ਦਿੱਤੀ ਗਈ ਹੈ ਲੈਕਚਰ ਦੀ, ਉਹ ਹੈ ਸਿੱਖ ਐਜੂਕੇਸ਼ਨ। ਅਤੇ ਇਸ ਲੈਕਚਰ ਦੇ ਜਿਹੜੇ ਉਹ ਤਿੰਨ ਭਾਗ ਨੇ। ਪਹਿਲਾ ਭਾਗ ਜਿਹੜਾ ਹੈ ਉਸ ਦੇ ਵਿੱਚ ਗੁਰਬਾਣੀ ਦੇ ਅਨੁਸਾਰ, ਸਿੱਖ ਸਿਧਾਂਤਾਂ ਦੇ ਅਨੁਸਾਰ ਸਿੱਖ ਐਜੂਕੇਸ਼ਨ ਜਿਹੜੀ ਉਹ ਕੀ ਹੈ। ਦੂਸਰੇ ਭਾਗ ਦੇ ਵਿੱਚ ਥੋੜ੍ਹਾ ਜਿਹਾ ਆਪਾਂ ਸਿੱਖ ਐਜੂਕੇਸ਼ਨ ਜਿਹੜੀ ਉਸਦਾ ਇਤਿਹਾਸ ਗੁਰੂ ਨਾਨਕ ਸਾਹਿਬ ਜੀ ਤੋਂ ਜਿਹੜਾ ਲੈ ਕੇ ਹੁਣ ਤੱਕ ਦੇਖਾਂਗੇ ਕਿਵੇਂ ਦੀ ਸਥਿਤੀ ਹੈ। ਤੀਸਰੇ ਦੇ ਵਿੱਚ ਜਿਹੜੀਆਂ ਅਜੋਕੀਆਂ ਸਮੱਸਿਆਵਾਂ ਨੇ ਉਹਨਾਂ ਨੂੰ ਜਿਹੜਾ ਵਾ ਉਹ ਅਸੀਂ ਡਿਸਕਸ ਕਰਾਂਗੇ। ਅਤੇ ਗੁਰੂ ਪਿਆਰਿਓ, ਅਸੀਸ ਬਖਸ਼ੋ, ਗੁਰਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ, ਕਿਸੇ ਦੇਸ਼ ਅਤੇ ਕੌਮ ਦੀ ਜੇ ਉੱਨਤੀ ਦੇਖਣੀ ਹੋਵੇ ਤਾਂ ਉਹ ਕੌਮ ਦੀ ਜਿਹੜੀ ਸਿੱਖਿਆ ਐਜੂਕੇਸ਼ਨ ਹੈ ਉਹਦੇ ਉੱਪਰ ਉਹਦੀ ਉੱਨਤੀ ਜਿਹੜੀ ਉਹ ਨਿਰਭਰ ਕਰਦੀ ਹੈ। ਕਹਿੰਦੇ ਕਿ ਕਿਸੇ ਕੌਮ ਜਾਂ ਦੇਸ਼ ਨੂੰ ਖਤਮ ਕਰਨਾ ਹੋਵੇ ਜਾਂ ਕਮਜ਼ੋਰ ਕਰਨਾ ਹੋਵੇ ਤਾਂ ਉਸ ਦੇਸ਼ ਦੀਆਂ, ਉਸ ਕੌਮ ਦੀਆਂ ਟੌਪ ਦੀਆਂ 5 ਯੂਨੀਵਰਸਿਟੀਆਂ ਜਿਹੜੀਆਂ ਉਹਨਾਂ ਨੂੰ ਕਮਜ਼ੋਰ ਕਰ ਦਿਓ ਜਾਂ ਖਤਮ ਕਰ ਦਿਓ। ਜੇ ਕਿਸੇ ਕੌਮ ਦਾ ਸਰਵਨਾਸ਼ ਕਰਨਾ ਹੋਵੇ ਤਾਂ ਉਸ ਕੌਮ ਦੀ ਜਿਹੜੀ ਪ੍ਰਾਇਮਰੀ ਐਜੂਕੇਸ਼ਨ ਹੈ ਨਾ, ਉਸ ਪ੍ਰਾਇਮਰੀ ਐਜੂਕੇਸ਼ਨ ਨੂੰ ਖਤਮ ਕਰ ਦਿਓ, ਉਸ ਪ੍ਰਾਇਮਰੀ ਐਜੂਕੇਸ਼ਨ ਨੂੰ ਜਿਹੜਾ ਉਹ ਕਮਜ਼ੋਰ ਕਰ ਦਿਓ। ਇਸ ਤਰੀਕੇ ਨਾਲ ਹੌਲੀ ਹੌਲੀ ਉਹ ਕੌਮ ਜਿਹੜੀ ਹੈ ਉਹ ਆਪਣੇ ਖਾਤਮੇ ਵੱਲ ਜਿਹੜੀ ਹੈ ਨਾ ਉਹ ਵਧਣਾ ਸ਼ੁਰੂ ਕਰ ਦੇਵੇਗੀ। ਅਤੇ ਗੁਰੂ ਪਿਆਰਿਓ, ਇਹੋ ਹੀ ਹਾਲ ਜਿਹੜਾ ਵਾ ਅੱਜ ਸਾਡੀ ਸਿੱਖ ਕੌਮ ਦੀ ਐਜੂਕੇਸ਼ਨ ਜਿਹੜੀ ਆ ਉਸਦਾ ਕੀਤਾ ਜਾ ਰਿਹਾ ਹੈ। ਐਜੂਕੇਸ਼ਨ ਅੰਗਰੇਜ਼ੀ ਦਾ ਸ਼ਬਦ, ਜਿਹੜਾ ਲਤੀਨੀ ਭਾਸ਼ਾ ਦੇ ਸ਼ਬਦ ਐਜੂਕੇਆਰ ਅਤੇ ਐਜੂਸੀਆਰ ਉਹਦੇ ਵਿੱਚੋਂ ਜਿਹੜਾ ਉਹ ਨਿਕਲਿਆ ਹੋਇਆ ਹੈ। ਐਜੂਕੇਆਰ ਦਾ ਅਰਥ ਹੈ ਕੁਝ ਨਿਯਮਾਂ, ਕੁਝ ਆਦਰਸ਼ਾਂ ਦੇ ਅਨੁਸਾਰ ਬੱਚੇ ਦਾ ਪਾਲਣ ਪੋਸ਼ਣ ਕਰਨਾ। ਅਤੇ ਜਿਹੜਾ ਐਜੂਸੀਆਰ ਹੈ ਉਸਦਾ ਮਤਲਬ ਹੈ ਕਿ ਅੰਦਰੋਂ ਬਾਹਰ ਕੱਢਣਾ, ਬੱਚੇ ਦੇ ਅੰਦਰੋਂ ਉਸਦੇ ਅਨੁਭਵ, ਉਸਦਾ ਟੈਲੈਂਟ ਜਿਹੜਾ ਉਸਨੂੰ ਬਾਹਰ ਕੱਢਣਾ, ਉਸਦੀਆਂ ਅੰਦਰੂਨੀ ਸ਼ਕਤੀਆਂ ਨੂੰ ਖੋਜ ਕੇ ਜਿਹੜਾ ਉਹ ਬਾਹਰ ਕੱਢਣਾ ਹੈ। ਅਤੇ ਅੱਜ ਇਸ ਵੇਲੇ ਜਿਹੜਾ ਐਜੂਕੇਸ਼ਨ ਦਿੱਤੀ ਜਾ ਰਹੀ ਉਹ ਐਜੂਕੇਅਰ ਦੇ ਅਨੁਸਾਰ ਹੈ ਕਿ ਬੱਚੇ ਦੇ ਅੰਦਰ ਕੁਝ ਤੁੰਨਿਆ ਜਾ ਰਿਹਾ ਹੈ, ਉਸਨੂੰ ਕੁਝ ਆਦਰਸ਼ਾਂ ਅਤੇ ਕੁਝ ਨਿਯਮਾਂ ਦੇ ਅਨੁਸਾਰ ਜਿਹੜਾ ਜਿਉਣਾ ਸਿਖਾ ਦਿੱਤਾ ਜਾਂਦਾ, ਪਰ ਬੱਚੇ ਦੀਆਂ ਜਿਹੜੀਆਂ ਅੰਦਰੂਨੀ ਸ਼ਕਤੀਆਂ ਹੈ ਉਹਨਾਂ ਨੂੰ ਬਾਹਰ ਕੱਢ ਕੇ ਨਹੀਂ ਲਿਆਉਂਦਾ ਜਾ ਰਿਹਾ। ਅੱਗੇ ਆਪਾਂ ਗੱਲ ਕਰਾਂਗੇ ਕਿ ਉਹ ਕਿੱਥੇ ਜਿਹੜੀ ਉਹ ਕਮੀ ਹੈ। ਅਤੇ ਗੁਰੂ ਪਿਆਰਿਓ, ਜਿਸ ਦੀ ਪਰਿਭਾਸ਼ਾ ਦੀ ਗੱਲ ਕਰਨੀ ਹੋਵੇ ਕਿ ਵਿਦਿਆ ਉਹ ਪ੍ਰਕਿਰਿਆ ਵਾ ਜਿਸ ਦੁਆਰਾ ਇੱਕ ਪੀੜ੍ਹੀ ਦਾ ਇਕੱਠਾ ਕੀਤਾ ਹੋਇਆ ਗਿਆਨ ਜਿਹੜਾ ਹੈ ਨਾ ਉਹ ਦੂਸਰੀ ਪੀੜ੍ਹੀ ਨੂੰ ਜਿਹੜਾ ਉਹ ਦਿੱਤਾ ਜਾਂਦਾ। ਇਹਦੇ ਵਿੱਚ ਇਕੱਠਾ ਕੀਤਾ ਗਿਆਨ ਵੀ ਹੈ, ਸੰਸਕ੍ਰਿਤੀ ਵੀ ਹੈ, ਸੱਭਿਆਚਾਰ ਵੀ ਹੈ, ਧਰਮ ਜਿਹੜਾ ਉਹ ਵੀ ਆਉਂਦਾ ਹੈ, ਕਦਰਾਂ ਕੀਮਤਾਂ ਜਿਹੜੀਆਂ ਉਹ ਵੀ ਇਹਦੇ ਵਿੱਚ ਆ ਜਾਂਦੀਆਂ ਨੇ। ਇੱਥੇ ਸੱਭਿਆਚਾਰ ਤੋਂ ਭਾਵ ਗੀਤ ਇੱਕ ਪੀੜ੍ਹੀ ਤੋਂ ਦੂਜੀ ਪੀੜ੍ਹੀ ਜਾਂ ਕਿਸੇ ਦੂਜੀ ਪੀੜ੍ਹੀ ਪਹੁੰਚਾਉਣਾ ਨਹੀਂ ਹੈ, ਇਹਦੇ ਵਿੱਚ ਸੱਭਿਆਚਾਰ ਦੇ ਵਿੱਚ ਹੋਰ ਬਹੁਤ ਕੁਝ ਜਿਹੜਾ ਉਹ ਹੁੰਦਾ ਹੈ। ਅਸੀਂ ਸੱਭਿਆਚਾਰ ਅੱਜ ਕੱਲ੍ਹ ਇਸ ਚੀਜ਼ ਨੂੰ ਲੈ ਲਿਆ ਹੈ, ਉਹ ਵੀਰ ਜੀ ਬਾਅਦ 'ਚ ਡਿਫਾਈਨ ਕਰਨਗੇ ਜਿਨ੍ਹਾਂ ਦਾ ਇਹ ਵਿਸ਼ਾ ਹੈ। ਗੁਰੂ ਪਿਆਰਿਓ, ਸੱਭਿਆਚਾਰ ਦੇ ਵਿੱਚ ਸਾਡੀ ਖੇਤੀਬਾੜੀ ਵੀ ਹੈ, ਖੇਤੀਬਾੜੀ ਦੇ ਛੰਦ ਵੀ ਹੈ। ਅੱਜ ਤਾਂ ਇਹ ਹਾਲ ਹੈ ਕਿ ਜੇ ਕਿਸੇ ਨੇ ਸੱਭਿਆਚਾਰ ਦੇ ਉੱਪਰ PhD ਕੀਤੀ ਹੋਵੇ ਤਾਂ ਉਸ ਨੂੰ ਵੀ ਕਿੱਲੇ ਵਾਲ ਡੰਗਰ ਨੂੰ ਦੇਣਾ ਜਿਹੜਾ ਉਹ ਨਹੀਂ ਆਉਂਦਾ, ਭਾਵ ਕਿ ਅਸੀਂ ਉਹ ਗਿਆਨ ਜਿਹੜਾ ਉਹ ਆਪਣੇ ਤੱਕ ਜਿਹੜਾ ਅੱਗੇ ਨਹੀਂ ਲਿਆਉਂਦਾ। ਅਤੇ ਗੁਰੂ ਪਿਆਰਿਓ, ਇਹਦੀ ਜੇ ਪਰਿਭਾਸ਼ਾ ਦੀ ਗੱਲ ਕਰੀਏ ਆਪਾਂ, ਐਜੂਕੇਸ਼ਨ ਦੀ, ਸਿੱਖਿਆ ਦੀ ਪਰਿਭਾਸ਼ਾ ਕੀ, ਇਹ ਤਾਂ ਰੈਡਨ ਇੱਕ ਸਿੱਖਿਆ ਸ਼ਾਸਤਰੀ ਹੋਇਆ ਹੈ, ਉਹ ਕਹਿੰਦਾ ਕਿ ਸਿੱਖਿਆ ਜਿਹੜੀ ਇਹ ਸੁਚੇਤ ਯੋਜਨਾਬੰਧ ਪ੍ਰਭਾਵ ਆ ਜੋ ਇੱਕ ਵਿਕਸਿਤ ਵਿਅਕਤੀ, ਅਵਿਕਸਿਤ ਵਿਅਕਤੀ ਜਿਹੜਾ ਸਿੱਖਿਆ ਅਨੁਸ਼ਾਸਨ ਦੁਆਰਾ ਉਸਦੀਆਂ ਜਿਹੜੀਆਂ ਸਰੀਰਕ ਆ, ਬੌਧਿਕ, ਸੁਹਜਾਤਮਿਕ, ਅਧਿਆਤਮਿਕ ਸ਼ਕਤੀਆਂ ਦੇ ਵਿਕਾਸ ਦੁਆਰਾ ਉਸਦੀਆਂ ਅਤੇ ਸਮਾਜ ਦੀਆਂ ਲੋੜਾਂ ਅਨੁਸਾਰ ਉਹ ਪ੍ਰਾਪਤ ਕਰਦਾ ਵਾ। ਪਰ ਅੰਦਰ ਸਿੱਖਿਆ ਦਾ ਜਿਹੜਾ ਅੰਤਿਮ ਉਦੇਸ਼ ਹੈ ਨਾ ਜਿਹੜਾ, ਉਹ ਮਨੁੱਖਤਾ ਦਾ ਪਰਮਾਤਮਾ ਦੇ ਨਾਲ ਮਿਲਾਪ ਕਰਾਉਣਾ ਹੈ, ਇਹ ਸਿੱਖਿਆ ਦਾ ਅੰਤਿਮ ਉਦੇਸ਼ ਹੈ। ਅਤੇ ਜੇ ਅਸੀਂ ਸਿੱਖ ਧਰਮ ਦੇ ਅਨੁਸਾਰ ਲਈਏ ਤਾਂ ਇੱਥੇ ਵੀ ਅੰਤਿਮ ਉਦੇਸ਼ ਜਿਹੜਾ ਜੀਵਨ ਦਾ ਹੈ ਉਹ ਅਧਿਆਤਮਿਕ ਵਿਕਾਸ, ਸਵੈ ਵਿਕਾਸ, ਸਵੈ ਅਨੁਭਵ ਜਿਹੜਾ ਵਾ ਉਹ ਰਿਹਾ ਹੈ। ਕਿਉਂਕਿ ਇੱਥੇ ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾਣ, ਇਹ ਕਿਹਾ ਗਿਆ ਹੈ। ਇਸ ਅਰਥ ਦੇ ਵਿੱਚ ਜਿਹੜੀ ਵਿਦਿਆ ਹੈ ਨਾ, ਮੂਲ ਪਛਾਣਨ ਦੇ ਅਰਥਾਂ ਦੇ ਵਿੱਚ ਜਿਹੜੀ ਵਿਦਿਆ ਹੈ ਉਸ ਨੂੰ ਗੁਰੂ ਪਾਤਸ਼ਾਹ ਜੀ ਨੇ ਤਪ ਕਿਹਾ ਹੈ ਕਿ ਵਿਦਿਆ ਜਿਹੜੀ ਉਹ ਤਪ ਹੈ, ਵਿਦਿਆ ਤਪ ਯੋਗ ਪ੍ਰਭ ਧਿਆਨ, ਕਿ ਵਿਦਿਆ ਇਸ ਦੇ ਵਿੱਚ ਤਪ ਹੈ। ਇਹ ਨਹੀਂ ਕਿ ਇੱਕ ਕਰਪਟ DC ਬਹੁਤ ਪੜ੍ਹਿਆ ਹੋਵੇ ਉਸ ਦੀ ਵਿਦਿਆ ਨੂੰ ਅਸੀਂ ਤਪ ਨਹੀਂ ਕਹਿ ਸਕਦੇ। ਜੇ ਉਹ ਵਿਦਿਆ ਚੰਗੇ ਪਾਸੇ ਲਗਾ ਰਹੀ ਹੈ ਮਨੁੱਖ ਨੂੰ, ਉਹਦੀਆਂ ਅਧਿਆਤਮਿਕ ਸ਼ਕਤੀਆਂ ਨੂੰ ਜੇ ਪਛਾਣ ਲਿਆ ਉਸ ਬੰਦੇ ਨੇ ਤਾਂ ਉਸ ਰੂਪ ਦੇ ਵਿੱਚ ਵਿਦਿਆ ਜਿਹੜੀ ਹੈ ਗੁਰੂ ਪਿਆਰਿਓ ਤਪ ਹੈ। ਜੇ ਅਸੀਂ
ਸਿੱਖ ਧਰਮ ਦੇ ਅਨੁਸਾਰ ਪਰਿਭਾਸ਼ਾਵਾਂ ਦੀ ਗੱਲ ਕਰੀਏ ਤਾਂ ਬੇਸ਼ੱਕ ਮਨੁੱਖ ਲਈ ਰੋਟੀ ਦੇ ਸਹਾਰੇ ਤਾਂ ਨਹੀਂ ਜੀ ਸਕਦਾ, ਪਰ ਰੋਟੀ ਤੋਂ ਬਿਨਾਂ ਵੀ ਜਿਹੜਾ ਹੈ ਉਹ ਮਨੁੱਖ ਰਹਿ ਨਹੀਂ ਸਕਦਾ ਹੈ। ਭੁੱਖੇ ਭਗਤ ਨਾ ਕੀਜੇ ਜਿਹ ਮਾਲਾ ਆਪਣੀ ਰੀਜੇ। ਗੁਰੂ ਸਾਹਿਬ ਨੇ ਤਾਂ ਨਾਮ ਜਪਣ ਦੇ ਨਾਲ ਨਾਲ ਕਿਰਤ ਕਰਨ ਅਤੇ ਵੰਡ ਛਕਣ ਦੀ ਜਿਹੜੀ ਗੱਲ ਕੀਤੀ, ਇਸੇ ਤਰ੍ਹਾਂ ਐਜੂਕੇਸ਼ਨ ਦੇ ਵੀ ਇਹ ਦੋ ਪੱਖ ਨੇ, ਹੱਸਦਿਆਂ ਖਿਲਾਉਂਦਿਆਂ ਪਾਨੰਦਿਆਂ ਖਵਾਉਂਦਿਆਂ ਵਿੱਚੇ ਹੋਵੇ ਮੁਕਤ। ਅਤੇ ਗੁਰੂ ਪਿਆਰਿਓ, ਸਿੱਖ ਧਰਮ ਦੇ ਅਨੁਸਾਰ ਐਜੂਕੇਸ਼ਨ ਦੀ ਜਿਹੜੀ ਪਰਿਭਾਸ਼ਾ, ਉਹਦੇ 'ਚ ਪਹਿਲਾਂ ਆਉਂਦਾ ਅਧਿਆਤਮਿਕ ਵਿਕਾਸ। ਗੁਰੂ ਪਾਤਸ਼ਾਹ ਨੇ ਮਨੁੱਖ ਨੂੰ ਅਧਿਆਤਮਿਕ ਵਿਕਾਸ ਵੱਲ ਜਿਹੜਾ ਨਾ ਉਹ ਪ੍ਰੇਰਿਆ। ਜੇ ਗੁਰੂ ਪਾਤਸ਼ਾਹ ਨੂੰ ਪੁੱਛੀਏ ਨਾ, ਗੁਰੂ ਪਾਤਸ਼ਾਹ ਤੁਹਾਡੀਆਂ ਨਜ਼ਰਾਂ 'ਚ ਪੜ੍ਹਿਆ ਲਿਖਿਆ ਮਨੁੱਖ ਜਿਹੜਾ ਉਹ ਕੌਣ ਹੈ, ਪ੍ਰਣਵਤ ਨਾਨਕ ਗਿਆਨੀ ਕੈਸਾ ਹੋਏ, ਤਾਂ ਗੁਰੂ ਪਾਤਸ਼ਾਹ ਕਹਿੰਦੇ ਆਪ ਪਛਾਣੇ ਬੁੱਝੇ ਸੋਏ। ਪੜ੍ਹਿਆ ਲਿਖਿਆ ਮਨੁੱਖ ਉਹ ਜਿਹੜਾ ਆਪਣੇ ਅੰਦਰ ਨੂੰ ਪਛਾਣ ਲੈਂਦਾ ਹੈ, ਜਿਹੜਾ ਅਧਿਆਤਮਿਕ ਤੌਰ 'ਤੇ ਜੁੜਿਆ ਹੋਇਆ ਹੈ, ਬੁੱਝ ਲੈਂਦਾ ਹੈ, ਉਹ ਹੈ। ਗੁਰੂ ਪਾਤਸ਼ਾਹ ਦੇ ਆਪ ਵਿਚਾਰੇ ਸੋ ਗਿਆਨੀ ਹੋਏ, ਕਿ ਜਿਹੜਾ ਵਿਚਾਰ ਕਰਦਾ ਹੈ ਆਪਣੇ ਆਪ 'ਤੇ ਉਹ ਜਿਹੜਾ ਉਹ ਗਿਆਨੀ ਹੈ। ਸੋ ਪੜ੍ਹਿਆ ਸੋ ਪੰਡਿਤ ਬੀਨਾ ਗੁਰਸ਼ਬਦ ਕਰੇ ਵਿਚਾਰ। ਗੁਰੂ ਪਾਤਸ਼ਾਹ ਦੇ ਉਹ ਸਿਆਣਾ ਪੜ੍ਹਿਆ ਲਿਖਿਆ ਹੈ ਜਿਹੜਾ ਗੁਰੂ ਸ਼ਬਦ ਦੀ ਵਿਚਾਰ ਕਰਦਾ ਹੈ, ਅੰਦਰ ਖੋਜੇ ਤੱਤ ਲਹੇ ਪਾਏ ਮੋਖ ਦੁਆਰ। ਇਸ ਤਰੀਕੇ ਦੇ ਨਾਲ ਆਪਾਂ ਚੀਨਣਾ, ਆਪਾਂ ਪਹਿਚਾਨਣਾ ਜਿਹੜਾ ਹੈ ਨਾ, ਉਹ ਸਿੱਖ ਐਜੂਕੇਸ਼ਨ ਜਿਹੜੀ ਹੈ ਉਹਦੇ ਵਿੱਚ ਇਹ ਜਿਹੜੀ ਵੱਡੀ ਗੱਲ ਹੈ। ਜਨ ਨਾਨਕ ਬਿਨ ਆਪਾ ਚੀਨੇ ਮਿਟੇ ਨਾ ਭਰਮ ਕੀ ਇਕਾਈ। ਉਸ ਤੋਂ ਬਿਨਾਂ ਜਿਹੜਾ ਇਹ ਭਰਮ ਜਿਹੜਾ ਨਹੀਂ ਮਿਟ ਸਕਦਾ, ਬੇਸ਼ੱਕ ਜਿੰਨੀਆਂ ਮਰਜ਼ੀ ਜਿਹੜੀਆਂ ਡਿਗਰੀਆਂ ਲੈ ਲਈਆਂ ਜਾਣ। ਇਸ ਤੋਂ ਇਲਾਵਾ ਜਿਹੜੀਆਂ ਆਂਤਰਿਕ ਸ਼ਕਤੀਆਂ ਨੇ, ਮਨੁੱਖ ਦੀਆਂ ਅੰਦਰੂਨੀ ਸ਼ਕਤੀਆਂ ਨੇ, ਉਸ ਨੂੰ ਪਛਾਣਨਾ ਜਿਹੜੀ ਸਿੱਖ ਵਿੱਦਿਆ ਦਾ ਇੱਕ ਵੱਡਾ ਜਿਹੜਾ ਉਹ ਮੋਟਿਵ ਹੈ। ਔਰ ਆਧੁਨਿਕ ਸਿੱਖਿਆ ਸ਼ਾਸਤਰੀ ਜਿਹੜੇ ਆ ਨਾ, ਉਹ ਵੀ ਜਿਹੜੀ ਅੰਦਰੂਨੀ ਵਿਕਾਸ ਜਿਹੜਾ ਹੈ ਨਾ, ਉਸ ਨੂੰ ਸਿੱਖਿਆ ਜਿਹੜੀ ਆ ਉਹ ਮੰਨਦੇ ਆ। ਰੂਸੋ ਕਹਿੰਦਾ ਹੈ, ਕਹਿੰਦਾ ਕਿ ਸੱਚੀ ਸਿੱਖਿਆ ਜਿਹੜੀ ਆ ਵਿਅਕਤੀ ਦੇ ਅੰਦਰੋਂ ਫੁੱਟਦੀ ਹੈ। ਅਤੇ ਸਿੱਖ ਧਰਮ ਦੇ ਅਨੁਸਾਰ ਵੀ ਗੁਰੂ ਪਾਤਸ਼ਾਹ ਨੇ ਕਿਹਾ, ਮੱਤ ਵਿੱਚ ਰਤਨ ਜਵਾਹਰ ਮਾਣਿਕ ਜੇ ਇੱਕ ਗੁਰ ਕੀ ਸਿੱਖ ਸੁਣੀ। ਗੁਰੂ ਪਾਤਸ਼ਾਹ ਦੇ ਗੁਹਜ ਰਤਨ ਵਿੱਚ ਲੁਕ ਰਹੇ ਕੋਈ ਗੁਰਮੁਖ ਸੇਵਕ ਕੱਢੇ ਖੋਤ। ਅੰਦਰੂਨੀ ਜਿਹੜੀਆਂ ਸ਼ਕਤੀਆਂ ਨੇ ਉਹਨਾਂ ਨੂੰ ਬਾਹਰ ਕੱਢਣਾ ਹੈ, ਇਹ ਜਿਹੜਾ ਸਿੱਖ ਐਜੂਕੇਸ਼ਨ ਹੈ। ਗੁਰੂ ਪਾਤਸ਼ਾਹ ਦੇ ਵਿਦਿਆ ਜਿਹੜੀ ਉਹ ਚਾਨਣ ਵੀ ਹੈ, ਇਹ ਵੀ ਇੱਕ ਪਰਿਭਾਸ਼ਾ ਹੈ ਇਹਦੀ, ਗਿਆਨ ਦੇ ਰੂਪ ਦੇ ਵਿੱਚ। ਗੁਰੂ ਪਾਤਸ਼ਾਹ ਦੇ ਪੋਥੀ ਪੁਰਾਣ ਕਮਾਈਏ ਭਉ ਵੱਟੀ ਇਤ ਤਨ ਲਾਈਏ, ਸੱਚ ਬੁੱਝਣ ਆਣ ਜਲਾਈਏ, ਇਹ ਤੇਲ ਦੀਵਾ ਇਉਂ ਜਲੇ ਕਰ ਚਾਨਣ ਸਾਹਿਬ ਤੋਂ ਮਿਲੇ। ਗੁਰੂ ਪਾਤਸ਼ਾਹ ਦੇ ਕਿ ਇਹ ਬੇਸ਼ੱਕ ਜਿੰਨੀਆਂ ਮਰਜ਼ੀ ਪੋਥੀਆਂ ਪੜ੍ਹਦੇ ਹੋ, ਪਰ ਉਹਦੇ ਵਿੱਚ ਪਰਮਾਤਮਾ ਦਾ ਜਿਹੜਾ ਡਰ ਹੈ, ਨਿਰਮਲ ਭਾਉ ਹੈ ਜਿਹੜਾ ਹੈ ਨਾ, ਉਹਦੀ ਵੱਟੀ ਜਿਹੜੀ ਆ ਉਹ ਲਗਾਉਣੀ ਹੈ, ਅਤੇ ਜਿਹੜਾ ਵਿੱਚ ਉਸਨੂੰ ਅੱਗ ਲਗਾਉਣੀ ਹੈ ਉਹ ਸੱਚ ਦੀ ਜਿਹੜੀ ਆ ਉਹ ਲਗਾਉਣੀ ਹੈ। ਅਤੇ ਇਸ ਤਰੀਕੇ ਦੇ ਨਾਲ ਜੇ ਤੇਲ ਦੀਵਾ ਜਲੇਗਾ ਤਾਂ ਉਹ ਜਿਹੜਾ ਚਾਨਣ ਹੋਏਗਾ ਉਹਦੇ ਨਾਲ ਗੁਰੂ ਪਾਤਸ਼ਾਹ ਦੇ ਤੁਹਾਡਾ ਪਰਮਾਤਮਾ ਦੇ ਨਾਲ ਜਿਹੜਾ ਨਾ ਉਹ ਮਿਲਾਪ ਜਿਹੜਾ ਉਹ ਹੋਏਗਾ। ਗੁਰੂ ਪਾਤਸ਼ਾਹ ਦੇ ਕਿ ਕੇਵਲ ਕਿਤਾਬੀ ਗਿਆਨ ਜਿਹੜਾ ਹੈ ਨਾ, ਉਹ ਵੀ ਸਿੱਖ ਧਰਮ ਦੇ ਵਿੱਚ ਜਿਹੜਾ ਨਾ ਉਸਨੂੰ ਵੀ ਮਨ੍ਹਾ ਕੀਤਾ ਗਿਆ, ਉਹ ਵੀ ਵਿਦਿਆ ਨਹੀਂ। ਸਿੱਖ ਧਰਮ 'ਚ ਕੋਰੇ ਕਿਤਾਬੀ ਗਿਆਨ ਦਾ ਜਿਹੜਾ ਨਾ ਉਹ ਕੋਈ ਵੀ ਸਥਾਨ ਜਿਹੜਾ ਨਾ ਹੈ ਨਹੀਂ ਹੈ। ਗੁਰੂ ਪਾਤਸ਼ਾਹ ਦੇ ਵੇਦ ਪੁਰਾਣ ਪੜ੍ਹੇ ਕਾ ਕਿਹਾ ਗੁਣ ਖਰ ਚੰਦਨ ਜਸ ਭਾਰਾ, ਕਿ ਤੁਸੀਂ ਵੱਡੀਆਂ ਵੱਡੀਆਂ ਕਿਤਾਬਾਂ ਪੜ੍ਹ ਲਈਆਂ, ਪਰ ਜੇ ਤੁਸੀਂ ਸਮਾਜ ਨੂੰ ਕੁਝ ਨਹੀਂ ਦੇ ਰਹੇ, ਜੇ ਤੁਸੀਂ ਉਸ ਪਰਮਾਤਮਾ ਦੇ ਨਾਲ ਜੁੜੇ ਨਹੀਂ ਹੋਏ, ਤਾਂ ਇਸ ਤਰ੍ਹਾਂ ਜਿਵੇਂ ਖੋਤੇ ਦੇ ਉੱਤੇ ਨਾ ਕੋਈ ਬੋਰੀ ਚੰਦਨ ਦੀ ਜਿਹੜੀ ਆ ਉਹ ਲੱਦ ਦਿੱਤੀ ਜਾਵੇ। ਇਸ ਤਰੀਕੇ ਦੇ ਨਾਲ ਪੜ੍ਹਿਆ ਲਿਖਿਆ ਮਨੁੱਖ ਜੇ ਸਮਾਜ ਨੂੰ ਕੁਝ ਨਹੀਂ ਦੇ ਰਿਹਾ, ਆਪਣੇ ਧਰਮ ਪ੍ਰਤੀ ਉਸ ਪਰਮਾਤਮਾ ਦੇ ਨਾਲ ਜੁੜਿਆ ਹੋਇਆ ਨਹੀਂ ਹੈ, ਤਾਂ ਉਹ ਉਸ ਤਰੀਕੇ ਦੇ ਨਾਲ ਜਿਹੜਾ ਚੱਲਦਾ ਹੈ। ਅਤੇ ਗੁਰੂ ਪਿਆਰਿਓ, ਸਾਡੀਆਂ ਜਿਹੜੀਆਂ ਪਾਠ ਪੁਸਤਕਾਂ ਹੈ ਇਹਨਾਂ ਦਾ ਵੀ ਇਹੀ ਹਾਲ ਹੈ। ਸਾਡੀਆਂ ਪਾਠ ਪੁਸਤਕਾਂ ਦੇ ਵਿੱਚ ਕੀ ਕੀਤਾ ਜਾਂਦਾ ਹੈ ਕਿ ਸਵਾਲ ਜਿਹੜਾ ਪੁੱਛਿਆ ਜਾਂਦਾ ਉਹਦਾ ਜਵਾਬ ਵੀ ਜਿਹੜਾ ਨਾ ਵਿੱਚੇ ਹੁੰਦਾ ਹੈ। ਹੁਣ ਕੀ ਹੈ ਕਿ ਤੁਸੀਂ ਕਿਸੇ ਵੀ ਕਲਾਸ ਦੀ ਜਿਹੜੀ ਕਿਤਾਬ ਚੁੱਕ ਲਓ, BA ਦੀ ਚੁੱਕ ਲਓ, ਚਾਹੇ ਤੁਸੀਂ ਨਰਸਰੀ ਕਲਾਸ ਦੀ ਚੁੱਕ ਲਓ, ਤੁਹਾਨੂੰ ਇੱਕ ਲੈਸਨ ਜਿਹੜਾ ਉਹ ਦਿੱਤਾ ਜਾਂਦਾ ਹੈ, ਉਸ ਲੈਸਨ ਦੇ ਵਿੱਚੋਂ ਹੀ ਜਿਹੜਾ ਵਿੱਚੇ ਆਂਸਰ ਪਿਆ ਹੁੰਦਾ ਹੈ। ਹੁਣ ਕੀ ਹੈ ਕਿ ਕੋਈ ਇੱਕ ਸਾਲ ਪੂਰਾ ਬੱਚਾ ਪੜ੍ਹ ਵੀ ਲਵੇ ਨਾ, ਤਾਂ ਉਹਦੀ ਕਪੈਸਿਟੀ ਹੈ ਕਿ ਵਿੱਚੋਂ ਆਪੇ ਹੀ ਆਂਸਰ ਕੱਢ ਲੈਂਦਾ ਹੈ। ਔਰ ਕਈ ਬੱਚੇ ਇਸ ਤਰ੍ਹਾਂ ਦੇ ਵੀ ਹੈ ਜਿਹੜੇ ਸਿਰਫ 2-3 ਮਹੀਨੇ ਲਾਸਟ ਵਾਲੇ ਪੜ੍ਹ ਲੈਣ, ਤਾਂ ਉਹ ਵੀ ਉਸੇ ਕਿਤਾਬ ਦੇ ਵਿੱਚ ਉਹੀ ਲੈਸਨ ਦੇ ਵਿੱਚੋਂ ਜਿਹੜਾ ਆਂਸਰ ਹੈ ਉਹ ਕੱਢ ਲੈਂਦੇ ਨੇ। ਇੱਥੇ ਜਿਹੜੀ ਹੈ ਨਾ ਸਾਡੀ ਸਿਲੇਬਸ ਜਿਹੜਾ ਹੈ ਨਾ ਉਹਦੀ ਬਹੁਤ ਤਗੜੀ ਜਿਹੜੀ ਹੈ ਉਹ ਕਮੀ ਹੈ। ਇਹ ਸਿਰਫ ਬੰਦੇ ਦੀ ਐਕਸਰਸਾਈਜ਼ ਨਹੀਂ, ਇਹ ਬੰਦੇ ਦੀ ਯਾਦ ਸ਼ਕਤੀ ਜਿਹੜੀ ਹੈ ਨਾ, ਮੈਮਰੀ ਜਿਹੜੀ ਹੈ ਨਾ ਉਹਦੀ ਐਕਸਰਸਾਈਜ਼ ਹੈ। ਇੱਥੇ ਪੜ੍ਹ ਕੇ ਜਿਹੜਾ ਹੈ ਉਹਦੇ ਵਿੱਚੋਂ ਹੀ ਜਵਾਬ ਜਿਹੜੇ ਲੱਭੇ ਜਾਂਦੇ ਨੇ, ਪਰ ਜੇ ਵਿਦੇਸ਼ਾਂ ਦੇ ਵਿੱਚ ਦੇਖੀਏ ਤਾਂ ਇਹ ਚੀਜ਼ ਜਿਹੜੀ ਆ ਉੱਥੇ ਉਲਟਾ, ਉੱਥੇ ਤੁਹਾਨੂੰ ਸਵਾਲ ਤਾਂ ਦਿੱਤਾ ਜਾਂਦਾ ਪਰ ਉਹਦਾ ਜਵਾਬ ਨਹੀਂ ਦਿੱਤਾ ਜਾਂਦਾ। ਜਿਵੇਂ ਸਾਡੇ ਸਵਾਲ ਵਿੱਚੇ ਹੀ ਕਿਤਾਬ ਦੇ ਵਿੱਚ ਜਿਹੜਾ ਉਹ ਜਵਾਬ ਪਿਆ ਹੋਇਆ ਹੈ, ਪਰ ਜੇ ਵਿਦੇਸ਼ਾਂ ਦੇ ਵਿੱਚ ਦੇਖੀਏ ਤਾਂ ਉਹ ਤੁਹਾਨੂੰ ਜਵਾਬ ਜਿਹੜਾ ਉਹ ਨਹੀਂ ਦਿੰਦੇ, ਜਵਾਬ ਤੁਹਾਨੂੰ ਖੁਦ ਲੱਭਣਾ ਪੈਂਦਾ, ਚਾਹੇ ਇੰਟਰਨੈੱਟ ਲਈ, ਚਾਹੇ ਹੋਰ ਕਿਤਾਬਾਂ ਪੜ੍ਹੋ ਆਲੇ ਦੁਆਲੇ ਤੋਂ।
ਉਹਦੇ ਨਾਲ ਜਿਹੜਾ ਵਾ ਤੁਹਾਡੇ ਅੰਦਰ ਇੱਕ ਕਪੈਸਿਟੀ ਜਿਹੜੀ ਆ ਉਹ ਵੱਧਦੀ ਹੈ। ਇੱਕ ਜਵਾਬ ਲੱਭਣ ਦੇ ਨਾਲ ਨਾਲ ਕਈ ਹੋਰ ਚੀਜ਼ਾਂ ਜਿਹੜੀਆਂ ਨਾ ਉਹ ਵੀ ਸਾਨੂੰ ਲੱਭ ਪੈਂਦੀਆਂ ਨੇ। ਇਸ ਤਰ੍ਹਾਂ ਸਾਡੀ ਮੌਜੂਦਾ ਸਿੱਖਿਆ ਜਿਹੜੀ ਹੈ ਨਾ ਬੁੱਧੀਜੀਵੀ ਨਹੀਂ ਪੈਦਾ ਕਰ ਰਹੀ, ਉਹ ਸਿਰਫ ਕਲਰਕ ਟਾਈਪ ਦੇ ਜਿਹੜੇ ਬੰਦੇ ਉਹ ਪੈਦਾ ਕਰ ਰਹੀ ਹੈ, ਜਾਂ ਇੱਕ ਰੱਟਾ ਲੱਗ ਰਿਹਾ ਹੈ ਤੱਥਾਂ ਨੂੰ, ਜਿਹੜੀ ਜਨਰਲ ਨੌਲੇਜ ਆ ਉਸਨੂੰ ਰੱਟਾ ਜਿਹੜਾ ਵਾ ਉਹ ਲੱਗ ਰਿਹਾ ਹੈ, ਪਰ ਬੁੱਧੀਜੀਵੀ ਜਿਹੜੇ ਆ ਨਾ ਉਹ ਇਸ ਗਿਆਨ ਦੇ ਵਿੱਚੋਂ ਜਿਹੜਾ ਉਹ ਨਹੀਂ ਪੈਦਾ ਹੋ ਰਹੇ। ਗੁਰੂ ਪਿਆਰਿਓ, ਸਿੱਖ ਧਰਮ ਅਨੁਸਾਰ ਸਿੱਖਿਆ ਦਾ ਉਦੇਸ਼ ਜਿਹੜਾ ਆਪਾਂ ਪਹਿਲਾਂ ਗੱਲ ਕਰ ਲਈ, ਅਧਿਆਤਮਿਕ ਜਿਹੜਾ ਵਾ ਉਹ ਵਿਕਾਸ ਸਿੱਖ ਧਰਮ ਦੇ ਅਨੁਸਾਰ ਜਿਹੜਾ ਸਭ ਤੋਂ ਵੱਡਾ ਉਦੇਸ਼, ਗੁਰੂ ਪਾਤਸ਼ਾਹ ਨੇ ਕਿਹਾ ਸੋ ਪੰਡਿਤ ਜੋ ਮਨ ਪ੍ਰਬੋਧੇ ਰਾਮ ਨਾਮ, ਆਤਮ ਮਹਿ ਸੋਧੇ ਰਾਮ ਨਾਮ ਸਾਰਸ ਪੀਵੇ, ਉਸ ਪੰਡਿਤ ਕੇ ਉਪਦੇਸ਼ ਜਗ ਜੀਵੇ। ਇਹ ਸਾਡਾ ਅਧਿਆਤਮਿਕ ਵਿਕਾਸ ਹੈ। ਬੌਧਿਕ ਵਿਕਾਸ ਦੀ ਗੱਲ ਵੀ ਕਰੀਏ ਤਾਂ ਗੁਰੂ ਪਾਤਸ਼ਾਹ ਦੇ ਗਿਆਨ ਕਾ ਬੱਧਾ ਮਨ ਰਹੇ ਗੁਰ ਬਿਨ ਗਿਆਨ ਨਾ ਹੋਏ। ਗੁਰੂ ਪਿਆਰਿਓ, ਨੈਤਿਕ ਵਿਕਾਸ ਦੀ ਵੀ ਗੱਲ ਆ ਜਾਂਦੀ, ਪਰ ਗੁਰੂ ਪਾਤਸ਼ਾਹ ਨੇ ਜਿਹੜੀ ਸਭ ਤੋਂ ਵੱਡੀ ਗੱਲ ਕੀਤੀ ਮਾਤ ਭਾਸ਼ਾ ਦੀ ਜਿਹੜੀ ਪੜ੍ਹਾਈ ਹੈ ਨਾ ਉਸ ਦੇ ਉੱਤੇ। ਗੁਰੂ ਪਾਤਸ਼ਾਹ ਨੂੰ ਕਿਸੇ ਨੇ ਸਵਾਲ ਕੀਤਾ ਕਿ ਸੰਸਕ੍ਰਿਤ ਜਿਹੜੀ ਹੈ ਨਾ ਉਸਨੂੰ ਦੇਵਤਿਆਂ ਦੀ ਭਾਸ਼ਾ ਕਿਹਾ ਜਾਂਦਾ ਹੈ, ਪਰ ਤੁਸੀਂ ਬਾਣੀ ਜਿੰਨੀ ਵੀ ਉਚਾਰੀ ਹੈ ਇਹ ਗੁਰਮੁਖੀ ਦੇ ਵਿੱਚ ਜਿਹੜੀ ਉਹ ਕਿਉਂ ਉਚਾਰੀ? ਅਤੇ ਗੁਰੂ ਪਾਤਸ਼ਾਹ ਨੇ ਫਿਰ ਉਹਨਾਂ ਨੂੰ ਜਵਾਬ ਦਿੱਤਾ, ਜੈਸੀ ਧਰਤੀ ਉੱਪਰ ਮੇਗੁਲਾ ਬਰਸਤ ਹੈ ਕਿਆ ਧਰਤੀ ਮੱਧੇ ਪਾਣੀ ਨਾਹੀਂ। ਗੁਰੂ ਪਾਤਸ਼ਾਹ ਦੇ ਕਿ ਜ਼ਮੀਨ ਦੇ ਉੱਤੇ ਜਿਹੜਾ ਇਹ ਮੀਂਹ ਪੈਂਦਾ ਹੈ ਕੀ ਧਰਤੀ ਦੇ ਵਿੱਚ ਜਿਹੜਾ ਉਹ ਪਾਣੀ ਨਹੀਂ ਹੈਗਾ? ਹੈਗਾ ਹੈ, ਪਰ ਗੁਰੂ ਪਾਤਸ਼ਾਹ ਦੇ ਜੈਸੇ ਧਰਤੀ ਮੱਧੇ ਪਾਣੀ ਪ੍ਰਗਾਸਿਆ ਬਿਨ ਪੱਗਾ ਵਰਸਤ ਫਿਰਾਹੀ। ਧਰਤੀ ਦੇ ਵਿੱਚ ਪਾਣੀ ਤਾਂ ਹੈਗਾ ਹੈ, ਪਰ ਉਹ ਕੱਢਣ ਲਈ ਸਾਨੂੰ ਖੂਹ ਜਿਹੜਾ ਨਾ ਉਹ ਪੁੱਟਣਾ ਪਏਗਾ। ਗੁਰੂ ਪਾਤਸ਼ਾਹ ਦੇ ਇਸੇ ਤਰੀਕੇ ਨਾਲ ਜਿਹੜੀ ਮਾਤ ਭਾਸ਼ਾ ਹੈ ਨਾ ਉਹ ਮੇਘ ਬਰਸਤ ਆ, ਉਹ ਤਾਂ ਵਰਖਾ ਦਾ ਪਾਣੀ ਹੈ ਜਿਹੜੀ ਹਰੇਕ ਜਗ੍ਹਾ ਦੇ ਉੱਤੇ ਸਾਡੇ ਗਿਆਨ ਨੂੰ ਜਿਹੜਾ ਉਹ ਹਰਾ ਭਰਾ ਕਰ ਦਿੰਦੀ ਹੈ। ਅਤੇ ਅੱਜ ਅਸੀਂ ਕੀ ਕਰ ਰਹੇ ਹਾਂ, ਅਸੀਂ ਖੂਹ ਖੋਦ ਕੇ ਅੰਗਰੇਜ਼ੀ ਸਿੱਖਣ ਜਾ ਰਹੇ ਹਾਂ ਨਾ। ਇੱਥੋਂ ਸ਼੍ਰੀ ਹਰਗੋਬਿੰਦਪੁਰ ਤੋਂ ਘੁਮਾਣ ਤੋਂ ਸਾਡੇ ਅੰਮ੍ਰਿਤਸਰ ਜਿਹੜੇ ਅੰਗਰੇਜ਼ੀ ਸਿੱਖਣ ਲਈ ਜਿਹੜਾ ਉਹ ਜਾ ਜਾਂਦਾ, ਉਹ ਇੱਕ ਤਰ੍ਹਾਂ ਦਾ ਖੂਹ ਖੋਦਣਾ ਹੀ ਹੈ ਕਿ ਅਸੀਂ ਦੂਸਰੀ ਭਾਸ਼ਾ ਨੂੰ ਜਿਹੜਾ ਸਿੱਖ ਕੇ ਉਹਦੇ 'ਚ ਗਿਆਨ ਹਾਸਿਲ ਜਿਹੜਾ ਉਹ ਕਰਨਾ ਚਾਹੁੰਦੇ ਹਾਂ। ਪੰਜਾਬੀ ਬੋਲਣ 'ਤੇ ਜੁਰਮਾਨਾ ਹੋ ਰਿਹਾ ਹੈ। ਗੁਰੂ ਪਿਆਰੋ, ਇਹ ਸਾਰਾ ਕੁਝ ਜਿਹੜਾ ਇੱਕ ਤਰ੍ਹਾਂ ਦਾ ਜਿਹੜਾ ਗੁਰੂ ਪਾਤਸ਼ਾਹ ਨੂੰ ਉਦੋਂ ਵੰਚਿਤ ਕਰ ਦਿੱਤਾ ਸੀ, ਅਸੀਂ ਫਿਰ ਉਸੇ ਪਾਸੇ ਨੂੰ ਜਿਹੜਾ ਉਹ ਤੁਰਪੇ ਹੋਏ ਹਾਂ। ਗੁਰੂ ਪਾਤਸ਼ਾਹ ਜੀ ਨੇ ਤਾਂ ਕਿਹਾ ਸੀ ਖੱਤਰੀਆਂ ਤਾਂ ਧਰਮ ਛੋਡਿਆ ਮਲੇਸ਼ ਭਾਖਿਆ ਗਈ, ਅਤੇ ਅੱਜ ਅਸੀਂ ਜਿਹੜਾ ਵਾ ਅਸੀਂ ਵੀ ਬਿਲਕੁਲ ਉਹੀ ਕੁਝ ਕਰ ਰਹੇ ਹਾਂ। ਘਰ ਘਰ ਮੀਆਂ ਸਭਨਾ ਜੀਆਂ ਬੋਲੀ ਅਵਰਤ ਮਾਰੀ। ਇੱਕ ਗੁਰੂ ਪਿਆਰਿਓ, ਸੁੰਦਰ ਲਿਖਾਈ ਜਿਹੜੀ ਸੀ ਨਾ ਸਿੱਖ ਧਰਮ ਦੇ ਵਿੱਚ ਉਹਨੂੰ ਜਿਹੜਾ ਬਹੁਤ ਮਹੱਤਵ ਸੀ। ਗੁਰੂ ਪਾਤਸ਼ਾਹ ਜੀ ਵੇਲੇ ਗੁਰਮੁਖੀ ਜਿਹੜੀ ਆ ਉਹਦੀ ਸੁੰਦਰ ਲਿਖਾਈ ਜਿਹੜੀ ਆ ਉਹ ਕੀਤੀ ਜਾਂਦੀ ਸੀ। ਅੱਜ ਸਾਨੂੰ ਸੁੰਦਰ ਲਿਖਾਈ ਵਾਲੇ ਜਿਹੜੇ ਬਹੁਤ ਘੱਟ ਜਿਹੜੇ ਆ ਉਹ ਗੁਰਮੁਖ ਪਿਆਰੇ ਜਾਂ ਵਿਦਿਆਰਥੀ ਜਿਹੜੇ ਆ ਉਹ ਮਿਲਦੇ ਆ। ਭਾਈ ਗੁਰਦਾਸ ਜੀ ਕਹਿੰਦੇ ਗੁਰਬਾਣੀ ਲਿਖ ਪੋਥੀਆਂ ਤਾਲ ਮਿਰਦੰਗ ਰਬਾਬ ਵਜਾਵੇ, ਉਦੋਂ ਪੋਥੀਆਂ ਲਿਖਣ ਨੂੰ ਬੜੀ ਵੱਡੀ ਜਿਹੜੀ ਆ ਉਹ ਸੇਵਾ ਸੀ। ਗੁਰੂ ਪਾਤਸ਼ਾਹ ਨੇ ਸਰੀਰਕ ਸਿੱਖਿਆ ਜਿਹੜੀ ਆ ਉਹਦੇ ਪ੍ਰਤੀ ਵੀ ਸਾਨੂੰ ਸੁਚੇਤ ਕੀਤਾ ਸੀ, ਕੋਈ ਕਿਸੇ ਕੋ ਰਾਜ ਨਾ ਦੇ ਜੋ ਲਹਿ ਨਿਜ ਬਲ ਸੇ ਲਹਿ, ਕਿ ਰਾਜ ਜਿਹੜਾ ਮਿਲਦਾ ਉਹ ਬਲ ਦੇ ਨਾਲ ਹੀ ਮਿਲਦਾ। ਸਰੀਰਕ ਤੌਰ 'ਤੇ ਜੇ ਮਜ਼ਬੂਤੀ ਹੈ ਤਾਂ ਉਸ ਪੱਧਰ ਤੋਂ ਜਿਹੜਾ ਵਾ ਉਹ ਮਿਲਦਾ ਹੈ। ਅਤੇ ਗੁਰੂ ਪਿਆਰਿਓ, ਜੇ ਅਸੀਂ ਗੱਲ ਕਰੀਏ ਸਿੱਖ ਧਰਮ ਦੇ ਵਿੱਚ ਇਸ ਦੇ ਵਿਕਾਸ ਦੀ, ਤਾਂ ਸਿੱਖ ਐਜੂਕੇਸ਼ਨ ਜਿਹੜੀ ਉਹਦਾ ਵਿਕਾਸ ਜਿਹੜਾ ਗੁਰੂ ਨਾਨਕ ਪਾਤਸ਼ਾਹ ਜੀ ਤੋਂ ਜਿਹੜਾ ਉਹ ਸ਼ੁਰੂ ਹੋ ਗਿਆ ਸੀ। ਗੁਰੂ ਨਾਨਕ ਪਾਤਸ਼ਾਹ ਜੀ ਜਿਹੜਾ ਵਾ ਉਸਨੇ ਸਿੱਖਾਂ ਨੂੰ ਸੁਚੇਤ ਕਰ ਦਿੱਤਾ। ਗੁਰੂ ਪਾਤਸ਼ਾਹ ਲਿਖਦੇ ਨੇ, ਕਹਿੰਦੇ ਲਿਖੇ ਬਾਜੋ ਸੁਰਤ ਨਾਹੀਂ ਬੋਲ ਬੋਲ ਗਵਾਈਏ। ਗੁਰੂ ਪਾਤਸ਼ਾਹ ਨੇ ਲਿਖਤ ਦਾ ਮਹੱਤਵ ਜਿਹੜਾ ਨਾ ਉਹ ਸਾਨੂੰ ਦੱਸ ਦਿੱਤਾ ਸੀ। ਲਿਖਤ ਮਿਟੇ ਨਹੀਂ ਸ਼ਬਦ ਨਿਸ਼ਾਨਾ, ਕਿ ਸ਼ਬਦ ਜਿਹੜਾ ਹੈ ਨਾ ਉਹ ਨਿਸ਼ਾਨ ਹੈ, ਲਿਖਤ ਜਿਹੜੀ ਆ ਉਹ ਕਦੇ ਵੀ ਮਿਟਦੀ ਨਹੀਂ। ਅਤੇ ਜੇ ਅਸੀਂ ਸਿੱਖ ਧਰਮ 'ਚ ਦੇਖੀਏ, ਭਾਈ ਗੁਰਦਾਸ ਜੀ ਨੇ ਜਿਹੜਾ ਇਸ਼ਾਰਾ ਕੀਤਾ ਆਸਾ ਹੱਥ ਕਿਤਾਬ ਕਸ਼, ਗੁਰੂ ਪਾਤਸ਼ਾਹ ਦੇ ਕੋਲ ਜਿਹੜੀ ਉਸ ਵੇਲੇ ਪੋਥੀ ਵੀ ਸੀ। ਜੇ ਅਸੀਂ ਕਰਤਾਰਪੁਰ ਦਾ ਇਤਿਹਾਸ ਦੇਖਦੇ ਹਾਂ ਤਾਂ ਗੁਰੂ ਪਿਆਰਿਓ, ਕਰਤਾਰਪੁਰ ਦੇ ਵਿੱਚ ਗੁਰੂ ਪਾਤਸ਼ਾਹ ਜੀ ਦੇ ਨਾਲ ਕਈ ਲਿਖਾਰੀ ਅਤੇ ਵਿਦਵਾਨ ਜਿਹੜੇ ਆ ਨਾ ਉਹ ਲੱਗੇ ਹੋਏ ਸਨ। ਜਨਮ ਸਾਖੀਆਂ 'ਚੋਂ ਜਿਹੜੇ ਸਾਨੂੰ ਵਿਦਵਾਨਾਂ ਦਾ ਜ਼ਿਕਰ ਮਿਲਦਾ ਉਹਦੇ 'ਚ ਸੈਦੋ ਕੇ ਹੋ, ਸ਼ੀਹਾ ਸਿੰਬਾ, ਹਸੂ ਲਹਾਰ, ਝਾੜੂ ਕਲਾਲ, ਭਾਈ ਮਨਸੁੱਖ, ਇਹ ਸਾਰੇ ਵਿਦਵਾਨ ਜਿਹੜੇ ਨੇ ਇਹ ਕਰਤਾਰਪੁਰ ਦੇ ਵਿੱਚ ਜਿਹੜੇ ਆ ਉਹ ਸਿੱਖ ਕੌਮ ਨੂੰ ਐਜੂਕੇਸ਼ਨ ਦੇਣ ਦੇ ਲਈ ਜਿਹੜੇ ਲੱਗੇ ਹੋਏ ਸਨ। ਸਿੱਖ ਵਿਦਵਾਨਾਂ ਨੇ ਹੁਣ ਕਰਤਾਰਪੁਰ ਨੂੰ ਪਹਿਲੀ ਟਕਸਾਲ ਜਿਹੜੀ ਕਰਤਾਰਪੁਰੀ ਟਕਸਾਲ ਜਿਹੜਾ ਵਾ ਉਸਦਾ ਜਿਹੜਾ ਉਹ ਨਾਮ ਜਿਹੜਾ ਵਾ ਉਹ ਦਿੱਤਾ ਹੋਇਆ। ਪ੍ਰਿੰਸੀਪਲ ਤੇਜਾ ਸਿੰਘ ਇੱਕ ਲੇਖ ਦੇ ਵਿੱਚ ਲਿਖਦੇ ਨੇ, ਕਹਿੰਦੇ ਗੁਰੂ ਨਾਨਕ ਪਾਤਸ਼ਾਹ ਜੀ ਜਦ ਜੋਤੀ ਜੋਤ ਸਮਾਏ ਸਨ ਤਾਂ ਇੱਥੋਂ ਗੁਰੂ ਅੰਗਦ ਸਾਹਿਬ ਜੀ ਜਦ ਖਡੂਰ ਸਾਹਿਬ ਗਏ ਸਨ, ਕਹਿੰਦੇ ਕਿ ਬਹੁਤ ਸਾਰਾ ਕਿਤਾਬਾਂ ਦਾ ਭੰਡਾਰ ਜਿਹੜਾ ਸੀ ਨਾ ਉਹ ਕਰਤਾਰਪੁਰ ਸਾਹਿਬ ਤੋਂ ਖਡੂਰ ਸਾਹਿਬ ਜਿਹੜਾ ਨਾ ਉਹ ਲਿਜਾਇਆ ਗਿਆ ਸੀ। ਉਸ ਤੋਂ ਸਾਨੂੰ ਪਤਾ ਲੱਗਦਾ ਕਿ ਕਰਤਾਰਪੁਰ ਜਿਹੜਾ ਹੈ ਨਾ
ਉਸ ਵੇਲੇ ਇੱਕ ਸਿੱਖ ਯੂਨੀਵਰਸਿਟੀ ਵਜੋਂ ਜਿਹੜਾ ਸਥਾਪਿਤ ਹੋ ਚੁੱਕਾ ਸੀ, ਜਿੱਥੇ ਜਿਹੜਾ ਵਾ ਕਥਾ ਵੀ ਚੱਲਦੀ ਸੀ, ਜਿੱਥੇ ਪੋਥੀਆਂ ਵੀ ਲਿਖੀਆਂ ਜਾਂਦੀਆਂ ਸਨ, ਜਿੱਥੇ ਸਿੱਖ ਸਿਧਾਂਤਾਂ ਦੇ ਉੱਤੇ ਜਿਹੜੀ ਗੱਲਬਾਤ ਵੀ ਚੱਲਦੀ ਸਨ, ਜਿੱਥੇ ਦੂਸਰਿਆਂ ਧਰਮਾਂ ਦੇ ਨਾਲ ਗੋਸ਼ਟ ਵੀ ਜਿਹੜੀ ਚੱਲਦੀ ਸੀ। ਜੇ ਅੱਚਲ ਬਟਾਲੇ ਗੁਰੂ ਪਾਤਸ਼ਾਹ ਗੋਸ਼ਟ ਕਰਨ ਆਏ ਤਾਂ ਉਹ ਕਰਤਾਰਪੁਰ ਤੋਂ ਹੀ ਅੱਚਲ ਬਟਾਲੇ ਜਿਹੜੇ ਆਏ ਨੇ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਆਪਸ ਦੇ ਵਿੱਚ ਜੁੜਦੀਆਂ ਨੇ। ਉਸ ਤੋਂ ਬਾਅਦ ਦੂਸਰਾ ਸਿੱਖ ਧਰਮ 'ਚ ਜਿਹੜੀ ਟਕਸਾਲ ਹੈ ਉਹ ਖਡੂਰ ਸਾਹਿਬ ਜਿਹੜੀ ਆ ਉਹ ਆ ਜਾਂਦੀ ਹੈ। ਅਤੇ ਖਡੂਰ ਸਾਹਿਬ ਦੇ ਵਿੱਚ ਗੁਰੂ ਅੰਗਦ ਪਾਤਸ਼ਾਹ ਜੀ ਜਿਹੜੇ ਸਨ ਉਹਨਾਂ ਨੇ ਆਪਣੇ ਹੱਥੀਂ ਜਿਹੜਾ ਸੀ ਉਹ ਕਾਇਦੇ ਜਿਹੜੇ ਆ ਉਹ ਲਿਖੇ ਨੇ। ਅਤੇ ਸਿੱਖ ਇਤਿਹਾਸ 'ਚ ਮਿਲਦਾ ਹੈ ਕਿ ਉਹ ਕਾਇਦੇ ਜਿੱਥੇ ਜਿੱਥੇ ਵੀ ਧਰਮਸ਼ਾਲਾਂ ਸਥਾਪਿਤ ਸਨ ਉਹਨਾਂ ਧਰਮਸ਼ਾਲਾਂ ਤੱਕ ਉਹ ਕਾਇਦੇ ਜਿਹੜੇ ਗੁਰਮੁਖੀ ਦੇ ਆ ਉਹ ਪਹੁੰਚਾਏ ਗਏ ਸੀ। ਉਹਦੇ ਨਾਲ ਹੀ ਗੁਰੂ ਪਾਤਸ਼ਾਹ ਨੇ ਜਿਹੜਾ ਮੱਲ ਅਖਾੜੇ ਜਿਹੜੇ ਆ ਉਹ ਸ਼ੁਰੂ ਕੀਤੇ, ਭਾਵ ਕਿ ਕਰਤਾਰਪੁਰ ਤੋਂ ਟਕਸਾਲ ਜਿਹੜੀ ਸੀ ਉਹ ਖਡੂਰ ਸਾਹਿਬ ਜਿਹੜੀ ਆ ਉਹ ਸਥਾਪਿਤ ਹੋਈ। ਅਤੇ ਉਸ ਤੋਂ ਬਾਅਦ ਇੱਥੇ ਜੇ ਲਿਖਾਰੀਆਂ ਵਜੋਂ ਵੇਖੀਏ ਤਾਂ ਭਾਈ ਪੈੜਾ ਮੋਖਾ ਜੀ ਉਹ ਇੱਕ ਲਿਖਾਰੀ ਵਜੋਂ ਇੱਥੇ ਖਡੂਰ ਸਾਹਿਬ ਦੇ ਵਿੱਚ ਜਿਹੜੇ ਉਹ ਬਿਰਾਜਮਾਨ ਸਨ। ਗੋਇੰਦਵਾਲ ਵੀ ਉਹੀ ਟਕਸਾਲ ਅੱਗੇ ਜਿਹੜੀ ਉਹ ਚੱਲੀ ਹੈ। ਭਾਈ ਗੁਰਦਾਸ ਜੀ, ਭਾਈ ਸੰਸ ਰਾਮ ਜੀ, ਭਾਈ ਹਿਰਦੇ ਰਾਮ ਜੀ, ਭਾਈ ਬਹਿਲੋ ਜੀ ਜਿਹੜੇ ਆ ਇਹੋ ਜਿਹੇ ਵਿਦਵਾਨ ਜਿਹੜੇ ਆ ਉਹ ਗੋਇੰਦਵਾਲ ਦੇ ਵਿੱਚ ਜਿਹੜਾ ਉਹ ਕੰਮ ਕਰ ਰਹੇ ਸਨ। ਭਾਈ ਪਾਂਧਾ ਬੁੱਲਾ ਅਤੇ ਭਾਈ ਬਾਬਾ ਬੁੱਢਾ ਜੀ ਜਿਹੜੇ ਆ ਇਹ ਵੀ ਲਿਖਾਰੀ ਦੇ ਤੌਰ 'ਤੇ ਨਾ ਗੋਇੰਦਵਾਲ ਸਾਹਿਬ ਵਿਖੇ ਵਿਦਵਾਨਾਂ ਦੇ ਤੌਰ 'ਤੇ ਜਿਹੜਾ ਉਹ ਕੰਮ ਜਿਹੜਾ ਵਾ ਉਹ ਕੀਤਾ ਹੈ। ਅੰਮ੍ਰਿਤਸਰ ਵਿਖੇ ਜੇ ਦੇਖਿਆ ਜਾਵੇ ਤਾਂ ਮੈਂ ਇੱਕ ਲੇਖ 'ਚ ਪੜ੍ਹਿਆ ਸੀ ਕਿ ਬਨਾਰਸ ਤੋਂ ਪੰਡਿਤ ਆਣ ਕੇ ਅੰਮ੍ਰਿਤਸਰ ਵਿਖੇ ਜਿਹੜੀ ਹੈ ਇਹਨਾਂ ਦਾ ਵਿਚਾਰ ਵਟਾਂਦਰਾ ਜਿਹੜਾ ਨਾ ਉਹ ਹੋਇਆ ਕਰਦਾ ਸੀ। ਅੰਮ੍ਰਿਤਸਰ ਵੀ ਬਹੁਤ ਸਾਰੇ ਸਿੱਖ ਵਿਦਵਾਨ ਜਿਹੜੇ ਉਹ ਲਿਖਾਰੀ ਪੈਦਾ ਜਿਨ੍ਹਾਂ 'ਚ ਭਾਈ ਬੰਨੋ ਆ ਜਾਂਦਾ ਹੈ, ਭਾਈ ਸੰਤ ਦਾਸ, ਭਾਈ ਹਰੀਆ, ਭਾਈ ਸੁੱਖਾ, ਭਾਈ ਮਨਸਾ ਰਾਮ, ਭਾਈ ਬੂੜਾ ਸੰਧੂ, ਭਾਈ ਵਿਧੀ ਚੰਦ ਜੀ, ਭਾਈ ਗੁਰਦਿੱਤਾ ਜਟੇਟਾ, ਇਹ ਸਾਰੇ ਜਿਹੜੇ ਅੰਮ੍ਰਿਤਸਰ ਦੇ ਸਿੱਖ ਵਿਦਵਾਨ ਸਨ। ਮੇਰਾ ਦੱਸਣ ਦਾ ਇਹ ਮਤਲਬ ਹੈ ਕਿ ਜਿਹੜੀ ਇਹ ਵਿਦਿਅਕ ਜਿਹੜੀ ਸੀ ਨਾ ਯੋਜਨਾ ਇਹ ਗੁਰੂ ਨਾਨਕ ਪਾਤਸ਼ਾਹ ਜੀ ਤੋਂ ਹੀ ਜਿਹੜੀ ਆ ਚੱਲੀ ਸੀ। ਔਰ ਇਹਦਾ ਆਪਾਂ ਦੇਖਾਂਗੇ ਕਿ ਗੁਰੂ ਨਾਨਕ ਪਾਤਸ਼ਾਹ ਜੀ ਦੇ ਵੇਲੇ ਕੀ ਰੂਪ ਸੀ ਅਤੇ ਅੱਜ ਦੀ ਜਿਹੜੀ ਆ ਉਹ ਇੱਥੇ ਕੀ ਸਥਿਤੀ ਜਿਹੜੀ ਆ ਉਹ ਹੈਗੀ ਹੈ। ਅਤੇ ਗੁਰੂ ਪਿਆਰਿਓ, ਗੁਰੂ ਅਰਜਨ ਪਾਤਸ਼ਾਹ ਜੀ ਵੇਲੇ ਭਾਈ ਜਗਨਾ ਜੀ ਬਹੁਤ ਤਕੜੇ ਸਿੱਖ ਵਿਦਵਾਨ ਜਿਹੜੇ ਆ ਹੋਏ ਸਨ। ਇਹਨਾਂ ਨੇ ਅੰਮ੍ਰਿਤਸਰ ਦੀ ਜੰਗ ਵੀ ਬੜੀ ਬਹਾਦਰੀ ਦੇ ਨਾਲ ਲੜੀ ਸੀ। ਅਤੇ ਜਿਹੜੀਆਂ ਪੁਰਾਤਨ ਹੱਥ ਲਿਖਤਾਂ ਨੇ ਨਾ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਉਹਨਾਂ ਦੇ ਵਿੱਚ ਇੱਕ ਲਾਈਨ ਮਿਲਦੀ ਹੈ, ਉਹ ਲਿਖਦੇ ਜੇ ਫਿਰ ਗ੍ਰੰਥ ਸੋਧਿਆ ਲੋੜੀਏ ਤਾਂ ਜਗਨੇ ਦੇ ਗ੍ਰੰਥ ਨਾਲ ਸੁੱਧ ਕਰ ਲਿਓ। ਇਹ ਹਰੇਕ ਗ੍ਰੰਥ ਗੁਰੂ ਗ੍ਰੰਥ ਸਾਹਿਬ ਦੀਆਂ ਪੁਰਾਤਨ ਬੀੜਾਂ ਦੇ ਵਿੱਚ ਮਿਲਦਾ। ਇਹਦਾ ਮਤਲਬ ਹੈ ਕਿ ਗੁਰੂ ਗ੍ਰੰਥ ਸਾਹਿਬ ਉਸ ਵੇਲੇ ਭਾਈ ਜਗਨਾ ਜੀ ਜਿਹੜੇ ਸਨ ਉਸ ਵੇਲੇ ਮਹਾਨ ਵਿਦਵਾਨ ਸਨ। ਅਤੇ ਗੁਰੂ ਪਾਤਸ਼ਾਹ ਦਾ ਕਹਿਣ ਦਾ ਮਤਲਬ ਸੀ ਕਿ ਜੇ ਕੋਈ ਸੋਧ ਦੀ ਲੋੜ ਹੈ ਜਾਂ ਕੁਝ ਪੁੱਛਣਾ ਹੈ ਤਾਂ ਭਾਈ ਜਗਨਾ ਜੀ ਦੇ ਕੋਲੋਂ ਜਿਹੜਾ ਨਾ ਉਹ ਪੁੱਛ ਲਿਆ ਜਾਵੇ। ਇਹਦੇ ਵੱਡੇ ਵਿਦਵਾਨ ਸਨ ਭਾਈ ਹਰਬੰਸ ਤਪਾ ਜੀ, ਉਹਨਾਂ ਦਾ ਜ਼ਿਕਰ ਜਿਹੜਾ ਆਉਂਦਾ ਹੈ ਨੜਾਲੀ ਪਿੰਡ ਗੁਜਰਾਂ ਖਾਨ ਤੋਂ ਸਨ। ਭਾਈ ਬੂੜਾ ਸੰਧੂ ਜੀ ਉਸ ਟਾਈਮ 'ਤੇ ਜਿਹੜੇ ਚੱਲਦੇ ਸਨ। ਸੱਤਵੇਂ ਪਾਤਸ਼ਾਹ ਦੇ ਵੇਲੇ ਦੇਖੀਏ ਭਾਈ ਗੁਰਦਿੱਤਾ ਜਟੇਟਾ ਜੀ, ਭਾਈ ਯੋਗਰਾਜ ਜੀ ਜਿਹੜੇ ਸਨ ਇਹ ਸਨ, ਭਾਈ ਤੀਰਥਦਾਸ ਜੀ ਜਿਹੜੇ ਆ ਇਹ ਬਹੁਤ ਤਕੜੇ ਵਿਦਵਾਨ ਜਿਹੜੇ ਆ ਉਹ ਗੁਰੂ ਪਾਤਸ਼ਾਹ ਜੀ ਦੇ ਵੇਲੇ ਹੋਏ। ਸੱਤਵੇਂ ਅਤੇ ਅੱਠਵੇਂ ਪਾਤਸ਼ਾਹ ਜੀ ਦੇ ਵੇਲੇ ਸੱਤਵੇਂ ਪਾਤਸ਼ਾਹ ਗੁਰੂ ਹਰਿਰਾਇ ਸਾਹਿਬ ਦੀ ਬੇਟੀ ਬੀਬੀ ਰੂਪ ਕੌਰ ਜੀ, ਉਹ ਖੁਦ ਲਿਖਾਰੀ ਸਨ, ਉਹਨਾਂ ਦੀ ਪੋਥੀ ਜਿਹੜੀ ਹੈ ਬੀਬੀ ਰੂਪ ਕੌਰ ਵਾਲੀ ਪੋਥੀ ਅੱਜ ਵੀ ਕੀਰਤਪੁਰ ਸਾਹਿਬ ਦੇ ਵਿੱਚ ਜਾ ਕੇ ਤੁਸੀਂ ਦਰਸ਼ਨ ਜਿਹੜੇ ਆ ਉਹ ਕਰ ਸਕਦੇ ਹੋ। ਪੋਥੀ ਉੱਥੇ ਬਿਰਾਜਮਾਨ ਹੈ। ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਵੇਲੇ ਭਾਈ ਫਤਿਹ ਚੰਦ ਜੀ, ਭਾਈ ਹਰਦਾਸ ਜੀ, ਭਾਈ ਸਤੀਦਾਸ ਜੀ ਬੰਸਾਵਲੀ ਨਾਮੇ ਵਾਲਾ ਲਿਖਦਾ ਹੈ ਕਿ ਭਾਈ ਸਤੀਦਾਸ ਜੀ ਜਿਹੜੇ ਸਨ ਉਹ ਫਾਰਸੀ ਦੇ ਬਹੁਤ ਵੱਡੇ ਵਿਦਵਾਨ ਸਨ। ਉਹ ਗੁਰੂ ਪਾਤਸ਼ਾਹ ਦੀ ਜਿਹੜੀ ਬਾਣੀ ਹੈ ਉਸਨੂੰ ਫਾਰਸੀ ਦੇ ਵਿੱਚ ਵੀ ਨਾਲ ਨਾਲ ਅਨੁਵਾਦ ਜਿਹੜਾ ਉਹ ਕਰਦੇ ਸਨ। ਇਸ ਤਰੀਕੇ ਦੇ ਨਾਲ ਬੰਸਾਵਲੀ ਗੁਰੂ ਗੋਬਿੰਦ ਸਿੰਘ ਜੀ ਦੇ ਵੇਲੇ ਵੇਖੀਏ ਤਾਂ ਜੇ ਤੁਸੀਂ ਗੁਰੂ ਕੀਆਂ ਸਾਖੀਆਂ ਪੜ੍ਹੋਗੇ ਨਾ ਉਹਨਾਂ ਦੇ ਵਿੱਚ ਲਿਖਿਆ ਹੈ ਕਿ ਗੁਰੂ ਪਾਤਸ਼ਾਹ ਜੀ ਨੇ ਇੱਕ ਹੁਕਮਨਾਮਾ ਸਿੱਖਾਂ ਨੂੰ ਭੇਜਿਆ ਸੀ ਕਿ ਜਿੱਥੇ ਵੀ ਕੋਈ ਚੰਗਾ ਲਿਖਾਰੀ ਅਤੇ ਚੰਗੀ ਪੋਥੀ ਹੈ ਉਹ ਅਨੰਦਪੁਰ ਸਾਹਿਬ ਜਿਹੜੀ ਆ ਉਹ ਭੇਜੀ ਜਾਵੇ। ਗੁਰੂ ਪਿਆਰੋ, ਮਹਿਮਾ ਪ੍ਰਕਾਸ਼ ਕਵਿਤਾ ਦੇ ਵਿੱਚ ਜ਼ਿਕਰ ਮਿਲਦਾ ਹੈ, ਉਹ ਲਿਖਦੇ ਨੇ ਕਿ ਅਨੰਦਪੁਰ ਸਾਹਿਬ ਦੇ ਵਿੱਚ ਕਲਗੀਧਰ ਪਾਤਸ਼ਾਹ ਨੇ ਕਿਸੇ ਨੂੰ ਅਨਪੜ੍ਹ ਨਹੀਂ ਸੀ ਰਹਿਣ ਦਿੱਤਾ। ਹਰੇਕ ਨੂੰ ਜੇ ਕੋਈ 10 ਦਿਨ ਦੇ ਲਈ ਵੀ ਸੇਵਾ ਕਰਨ ਆਉਂਦਾ ਸੀ ਤਾਂ ਸਿੱਖ ਦੀ ਡਿਊਟੀ ਲੱਗਦੀ ਸੀ ਕਿ ਇਸ ਨੂੰ ਜਿਹੜਾ ਅੱਖਰੀ ਗਿਆਨ ਦਿੱਤਾ ਜਾਵੇ, ਇੰਨਾ ਕੁ ਗਿਆਨ ਦਿੱਤਾ ਜਾਵੇ ਕਿ ਬਾਣੀ ਪੜ੍ਹ ਸਕੇ। ਪਰ ਜਿਹੜੇ ਅਨੰਦਪੁਰ ਸਾਹਿਬ ਦੇ ਵਿੱਚ ਪੱਕੇ ਰਹਿੰਦੇ ਸਨ ਉਹਨਾਂ 'ਚ ਕੋਈ ਅਨਪੜ੍ਹ ਨਹੀਂ ਸੀ। ਇੱਥੋਂ ਤੱਕ ਕਿ ਜਿਹੜੇ ਗੁਰੂ ਪਾਤਸ਼ਾਹ ਦੇ ਦਰਬਾਰ ਦੇ ਵਿੱਚ ਘਾਈ ਸਨ ਨਾ ਉਹ ਵੀ ਬਹੁਤ ਵੱਡੇ ਵਿਦਵਾਨ ਸਨ। ਇਹਦੀ ਉਦਾਹਰਣ ਸੂਰਜ ਪ੍ਰਕਾਸ਼ ਦੇ ਵਿੱਚੋਂ ਸਾਨੂੰ ਮਿਲਦੀ ਹੈ ਕਿ ਕਵੀ ਚੰਦਨ ਜਦੋਂ ਆਇਆ ਸੀ ਕਲਗੀਧਰ ਪਾਤਸ਼ਾਹ ਦੇ ਦਰਬਾਰ ਦੇ ਵਿੱਚ, ਉਹਨੇ ਕਿਹਾ ਸੀ ਆਪਣਾ ਇੱਕ ਜਿਹੜੀ ਕਵਿਤਾ ਆਪਣਾ ਬੰਧ ਸੁਣਾ ਕੇ ਕਿ ਇਹਦੇ ਕੋਈ ਸਿੱਖ ਅਰਥ ਕਰੇ। ਅਤੇ ਗੁਰੂ ਪਾਤਸ਼ਾਹ ਨੇ ਕਿਹਾ ਕਿ ਗੁਰੂ ਘਰ ਦੇ ਦਰਬਾਰੀ ਜਿਹੜੇ ਘਾਈ ਨੇ ਜਿਹੜੇ ਉਹ ਵੀ ਇਸ ਦੇ ਅਰਥ ਆਸਾਨੀ ਨਾਲ ਕਰ ਦੇਣਗੇ। ਉਸ ਵੇਲੇ ਭਾਈ ਧੰਨਾ ਸਿੰਘ ਜਿਹੜਾ ਸੀ ਨਾ ਉਸ ਨੂੰ ਬੁਲਾਇਆ ਗਿਆ। ਭਾਈ ਧੰਨਾ ਸਿੰਘ ਜੀ ਨੇ ਉਹਦੀ ਕਵਿਤਾ ਦੇ ਅਰਥ ਕਰ ਦਿੱਤੇ ਅਤੇ ਜਦੋਂ ਭਾਈ ਧੰਨਾ ਸਿੰਘ ਜੀ ਨੇ ਆਪਣੀ ਕਵਿਤਾ ਉਸਦੇ ਅੱਗੇ ਰੱਖੀ ਸੀ ਤਾਂ ਉਸ ਨੂੰ ਅਰਥ ਜਿਹੜੇ ਉਹ ਨਹੀਂ ਸਨ ਆਏ। ਇਹ ਭਾਈ ਧੰਨਾ ਸਿੰਘ ਜੀ ਜਿਹੜੇ ਆ ਇਹ ਗੁਰੂ ਪਾਤਸ਼ਾਹ ਦੇ ਤਬੇਲਿਆਂ ਦੇ ਵਿੱਚ ਘੋੜਿਆਂ ਦੀ ਸੇਵਾ ਜਿਹੜੀ ਉਹ ਕਰਦੇ ਸਨ। ਬਾਅਦ ਦੇ ਵਿੱਚ ਚਮਕੌਰ ਦੀ ਗੜੀ ਦੇ ਵਿੱਚ ਵੀ ਜਿਹੜੇ ਆ ਇਹਨਾਂ ਨੇ ਸ਼ਹਾਦਤ ਪ੍ਰਾਪਤ ਕੀਤੀ ਸੀ। ਇਹ ਕਲਮ 'ਤੇ ਜਿਹੜੀ
ਹੈਗੀ ਸੀ ਕਿਰਪਾਨ, ਇਹ ਦੋਨਾਂ ਦੇ ਜਿਹੜੇ ਉਹ ਧਨੀ ਵਿਦਵਾਨ ਸਨ। ਅਤੇ ਗੁਰੂ ਪਿਆਰਿਓ ਇਸ ਤਰੀਕੇ ਦੇ ਨਾਲ 52 ਕਵੀਆਂ ਦਾ ਸਾਨੂੰ ਜਿਹੜਾ ਜ਼ਿਕਰ ਮਿਲਦਾ ਹੈ ਗੁਰੂ ਪਾਤਸ਼ਾਹ ਜੀ ਦੇ ਵੇਲੇ। ਪਿਆਰਾ ਸਿੰਘ ਪਦਮ ਨੇ ਆਪਣੀ ਕਿਤਾਬ ਦੇ ਵਿੱਚ 126 ਲਿਖਾਰੀਆਂ ਵਿਦਵਾਨਾਂ ਦਾ ਜਿਹੜਾ ਨਾ ਜ਼ਿਕਰ ਕੀਤਾ ਹੈ, ਜਿਨ੍ਹਾਂ ਨੇ ਗੁਰੂ ਪਾਤਸ਼ਾਹ ਜੀ ਦੇ ਟਾਈਮ ਵੱਖ ਵੱਖ ਸਮੇਂ 'ਤੇ ਗ੍ਰੰਥ ਲਿਖੇ ਨੇ ਜਾਂ ਵਿਦਵਤਾ ਨੂੰ ਜਿਹੜਾ ਅੱਗੇ ਤੋਰਿਆ ਹੈ। ਕਹਿ ਸਕਦੇ ਹਾਂ ਕਿ ਅੱਜ ਕੱਲ੍ਹ ਦੀਆਂ ਯੂਨੀਵਰਸਿਟੀਆਂ ਤੋਂ ਬਹੁਤ ਵੱਡਾ ਕੰਮ ਜਿਹੜਾ ਅਨੰਦਪੁਰ ਸਾਹਿਬ ਦੇ ਵਿੱਚ ਜਿਹੜਾ ਵਾ ਸਿੱਖ ਵਿੱਦਿਆ ਦਾ ਜਿਹੜਾ ਉਹ ਚੱਲ ਰਿਹਾ ਸੀ। ਬੰਦਾ ਸਿੰਘ ਬਹਾਦਰ ਦੇ ਟਾਈਮ ਤੋਂ ਮਿਸਲ ਕਾਲ ਤੱਕ ਜਿਹੜਾ ਸਮਾਂ ਸੀ ਉਹ ਸਿੱਖਾਂ ਦੇ ਉੱਤੇ ਔਕੜਾਂ ਦਾ ਟਾਈਮ ਜਿਹੜਾ ਵਾ ਉਹ ਸੀ। ਉਹਦੇ ਦੌਰਾਨ ਤੁਸੀਂ ਦੇਖ ਹੀ ਸਕਦੇ ਹੋ ਕਿ ਜਦੋਂ ਸਿੱਖਾਂ ਦੇ ਸਿਰਾਂ ਦੇ ਮੁੱਲ ਪੈ ਗਏ ਉਸ ਸਮੇਂ ਸਿੱਖ ਵਿੱਦਿਆ ਜਿਹੜੀ ਹੈ ਉਸਦਾ ਕਿਸ ਤਰ੍ਹਾਂ ਦਾ ਹੋਏਗਾ। ਲਖਪਤ ਰਾਏ ਨੇ ਤਾਂ ਪੋਥੀਆਂ ਸਿੱਖਾਂ ਦੇ ਘਰਾਂ 'ਚੋਂ ਲੱਭ ਲੱਭ ਕੇ ਜਿਹੜੀਆਂ ਉਹਨਾਂ ਨੂੰ ਸਾੜਿਆ ਸੀ। ਗੁਰੂ ਪਿਆਰੂ ਰਤਨ ਸਿੰਘ ਭੰਗੂ ਲਿਖਦਾ ਕਹਿੰਦਾ, ਗ੍ਰੰਥ ਪੋਥੀ ਹੱਥ ਆਵੇ ਵਾਹੇ ਮੱਧ ਦਰਿਆਏ ਡੁਬਾਵੇ ਤਾਹੇ। ਕਹਿੰਦਾ ਕੋਈ ਵੀ ਪੋਥੀ ਕੋਈ ਵੀ ਕਿਤਾਬ ਸਿੱਖ ਧਰਮ ਨਾਲ ਸੰਬੰਧਿਤ ਉਹਨੂੰ ਲੱਭਦੀ ਸੀ ਤਾਂ ਉਹ ਉਹਨੂੰ ਫੜ ਕੇ ਦਰਿਆ ਦੇ ਵਿੱਚ ਡੋਬ ਦਿੰਦਾ ਸੀ, ਅੱਗ ਲਗਾ ਦਿੰਦਾ ਸੀ। ਉਹਨੇ ਤਾਂ ਇੱਥੋਂ ਤੱਕ ਕਰ ਦਿੱਤਾ ਸੀ ਕਿ ਉਹ ਗੁੜ ਲਫਜ਼ ਨੂੰ ਗੁੜ ਕਹਿਣ ਦੇ ਉੱਤੇ ਵੀ ਉਹਨੇ ਪਾਬੰਦੀ ਲਗਾ ਦਿੱਤੀ ਸੀ। ਉਹ ਲਿਖਦਾ ਹੈ ਕਹਿੰਦਾ ਕਿ ਔਰ ਕਹਿਣ ਤਿਸ ਕਿਆ ਕਹੋ, ਗੁਰ ਕਹਿਣੋ ਦੀਓ ਹਟਾਏ, ਗੁੜ ਕਹਿਣੇ ਮੈਂ ਗੁਰ ਸੁਣਿਓ, ਮਿਠਾਈ ਦੀਓ ਅਖਾਏ। ਉਹਨੂੰ ਇਸ ਤਰ੍ਹਾਂ ਲੱਗਦਾ ਸੀ ਕਿ ਜੇ ਗੁੜ ਨੂੰ ਗੁੜ ਕਿਹਾ ਤਾਂ ਇਹਦੇ ਵਿੱਚੋਂ ਗੁਰ ਲਫਜ਼ ਜਿਹੜਾ ਉਹ ਚੇਤੇ ਆਉਂਦਾ ਹੈ। ਉਸ ਟਾਈਮ 'ਤੇ ਸਿੱਖ ਗ੍ਰੰਥਾਂ ਦਾ, ਸਿੱਖ ਜਿਹੜੀ ਵਿੱਦਿਆ ਹੈ ਉਸਦਾ ਕਿਸ ਤਰ੍ਹਾਂ ਦਾ ਹਾਲ ਹੋਵੇਗਾ ਉਹ ਤੁਸੀਂ ਜਿਹੜਾ ਆਪ ਮਹਿਸੂਸ ਕਰ ਸਕਦੇ ਹੋ। ਗੁਰੂ ਪਿਆਰੋ ਮਹਾਰਾਜਾ ਰਣਜੀਤ ਸਿੰਘ ਦੇ ਟਾਈਮ 'ਤੇ ਆਈਏ ਤਾਂ ਲਾਹੌਰ ਦੇ ਵਿੱਚ ਬਹੁਤ ਵੱਡੀ ਲਾਇਬ੍ਰੇਰੀ ਸੀ। ਇਹਦੇ ਉੱਤੇ ਪਿਆਰਾ ਸਿੰਘ ਪਦਮ ਨੇ ਇੱਕ ਵਾਰ ਇੱਕ 1952 ਦੇ ਪੰਜਾਬੀ ਦੁਨੀਆ ਦੇ ਵਿੱਚ ਇੱਕ ਆਰਟੀਕਲ ਵੀ ਲਿਖਿਆ ਹੋਇਆ, ਪੜ੍ਹ ਸਕਦੇ ਤੁਸੀਂ ਕਿ ਉਹ ਲਾਇਬ੍ਰੇਰੀ ਬਾਅਦ ਦੇ ਵਿੱਚ ਜਿਹੜੀ ਅੰਗਰੇਜ਼ ਚੁੱਕੇ ਜਿਹੜੀ ਆ ਉਹ ਲੈ ਗਏ ਸਨ। ਅਤੇ ਗੁਰੂ ਪਿਆਰਿਓ ਉਸ ਤੋਂ ਬਾਅਦ ਸਿੱਖ ਵਿੱਦਿਆ ਜਿਹੜੀ ਹੈ 1849 ਦੇ ਵਿੱਚ ਅੰਗਰੇਜ਼ਾਂ ਨੇ ਕਬਜ਼ਾ ਕਰ ਲਿਆ। ਉਸ ਤੋਂ ਬਾਅਦ ਮਕਾਲਿਆ ਦੀ ਜਿਹੜੀ ਸੀ ਸਿੱਖ ਨੀਤੀ ਉਹਦੇ ਤੋਂ ਸ਼ੁਰੂ ਹੋ ਕੇ ਅੱਜ ਤੱਕ ਦਾ ਜਿਹੜਾ ਉਹ ਸਫ਼ਰ ਹੈ। ਗੁਰੂ ਪਿਆਰਿਓ 1811 ਦੇ ਵਿੱਚ ਵਿਲੀਅਮ ਕੈਰੀ ਜਿਹੜਾ ਉਹ ਲੁਧਿਆਣੇ ਆਇਆ ਸੀ, ਉਹਨੇ ਸਭ ਤੋਂ ਪਹਿਲਾਂ ਅਨੁਵਾਦ ਜਿਹੜਾ ਬਾਈਬਲ ਦਾ ਪੰਜਾਬੀ ਦੇ ਵਿੱਚ ਜਿਹੜਾ ਉਹ ਕੀਤਾ ਸੀ। ਅਤੇ ਉਸ ਵੇਲੇ ਜਿਹੜਾ ਟਾਈਪ ਹੋਇਆ ਸੀ ਪਹਿਲੀ ਚੀਜ਼ ਉਹ ਬਾਈਬਲ ਸੀ, ਜਿਹੜੀ ਪੰਜਾਬੀ ਦੇ ਵਿੱਚ ਪਹਿਲੀ ਲਿਖਤ ਜਿਹੜੀ ਆ ਉਹ ਟਾਈਪ ਹੋਈ ਸੀ। ਉਸ ਤੋਂ ਬਾਅਦ ਉਹਨਾਂ ਨੇ ਜਿਹੜੇ ਅੱਜ ਕੋਨਵੈਂਟ ਸਕੂਲ ਜਿਹੜੇ ਆ ਆਪਣੇ ਜਿਨ੍ਹਾਂ ਦੀ ਪਰਮਾਰ ਹੈ ਇਹ ਕਹਿ ਲਈਏ ਕਿ ਉਸ ਟਾਈਮ 'ਤੇ ਜਿਹੜੇ ਆ ਉਹ ਸ਼ੁਰੂ ਹੋਏ ਸੀ। ਇਹਨਾਂ ਦਾ ਇੱਕ ਮਕਸਦ ਸੀ, ਇਹਨਾਂ ਦਾ ਮੁੱਖ ਮਕਸਦ ਜਿਹੜਾ ਸੀ ਉਹ ਸਿੱਖ ਬੱਚਿਆਂ ਨੂੰ ਈਸਾਈ ਧਰਮ ਦੇ ਵਿੱਚ ਜਿਹੜਾ ਉਹ ਲਿਆਉਣਾ ਸੀ, ਸਿੱਖ ਧਰਮ ਦਾ ਪ੍ਰਵੇਸ਼ ਈਸਾਈਅਤ ਦੇ ਵੱਲ ਜਿਹੜਾ ਉਹ ਲੈਣਾ ਸੀ। ਇਹਦੇ ਵਿੱਚ ਪਹਿਲਾ ਜਿਹੜਾ ਸਕੂਲ ਹੈ ਉਹ 1836 ਦੇ ਵਿੱਚ ਲੁਧਿਆਣੇ ਖੁੱਲ੍ਹਿਆ ਸੀ। ਅਮੈਰੀਕਾ ਦੀ ਪ੍ਰੈਸ ਬਾਈਟੇਰੀਅਨ ਇੱਕ ਜਿਹੜੀ ਸੀ ਚਰਚ ਸੀ ਉਹਨੇ ਐਲੀਮੈਂਟਰੀ ਸਕੂਲ 1836 ਦੇ ਵਿੱਚ ਖੋਲ੍ਹਿਆ ਸੀ। ਇਸ ਤੋਂ ਪਹਿਲਾਂ 1835 ਦੇ ਵਿੱਚ ਮਕਾਲਿਆ ਦੀ ਜਿਹੜੀ ਨੀਤੀ ਸੀ, ਪੋਲਿਸੀ ਸੀ ਐਜੂਕੇਸ਼ਨ ਦੀ, ਉਹ ਲਾਗੂ ਕਰ ਦਿੱਤੀ ਗਈ ਸੀ, ਜਿਹਦੇ ਵਿੱਚ ਜਿਹੜਾ ਵੀ ਸਕੂਲਾਂ ਦੇ ਵਿੱਚ ਪੜ੍ਹਾਇਆ ਜਾਣਾ ਸੀ ਉਹਦੇ ਵਿੱਚ ਅੰਗਰੇਜ਼ੀ ਸਾਹਿਤ ਜਿਹੜਾ ਹੈ ਨਾ ਉਸਦਾ ਪ੍ਰਵੇਸ਼ ਕਰਵਾ ਦਿੱਤਾ ਗਿਆ ਸੀ, ਲਾਜ਼ਮੀ ਜਿਹੜਾ ਨਾ ਉਹ ਕਰ ਦਿੱਤਾ ਗਿਆ ਸੀ। ਅਤੇ ਗੁਰੂ ਪਿਆਰਿਓ ਅੰਗਰੇਜ਼ ਜਿਹੜੇ ਉਹ ਲਾਹੌਰ ਦਰਬਾਰ ਦੇ ਵਿੱਚ 1835 ਦੇ ਵਿੱਚ ਆਏ ਸਨ। ਉਹਨਾਂ ਨੇ ਕਿਹਾ ਸੀ ਕਿ ਜਿਹੜੇ ਸ਼ਾਹੀ ਬੱਚੇ ਨੇ ਨਾ ਇਹਨਾਂ ਬੱਚਿਆਂ ਨੂੰ ਜਿਹੜੀ ਆ ਅੰਗਰੇਜ਼ੀ ਦੀ ਵਿੱਦਿਆ ਜਿਹੜੀ ਦਿੱਤੀ ਜਾਵੇ। ਅਤੇ ਮਹਾਰਾਜਾ ਰਣਜੀਤ ਸਿੰਘ ਜੀ ਆਉਂਦੇ ਕਿ ਅੰਗਰੇਜ਼ੀ ਸਿੱਖਣੀ ਤਾਂ ਕੋਈ ਮਾੜੀ ਗੱਲ ਨਹੀਂ ਹੈ, ਪਰ ਉਹਨਾਂ ਨੇ ਇੱਕ ਸ਼ਰਤ ਰੱਖੀ ਸੀ ਕਿ ਇਹਦੇ ਨਾਲ ਬਾਈਬਲ ਜਿਹੜੀ ਹੈ ਨਾ ਉਹ ਵੀ ਪੜ੍ਹਾਈ ਜਾਵੇਗੀ। ਅਤੇ ਮਹਾਰਾਜਾ ਰਣਜੀਤ ਸਿੰਘ ਨੇ ਉਸ ਟਾਈਮ ਮਨਾ ਕਰ ਦਿੱਤਾ ਸੀ, ਕਹਿੰਦੇ ਜੇ ਬਾਈਬਲ ਦੀ ਪੜ੍ਹਾਈ ਨਾਲ ਕਰਵਾਉਣੀ ਹੈ ਤਾਂ ਅਸੀਂ ਇਹ ਸਕੂਲ ਜਿਹੜਾ ਨਹੀਂ ਖੁੱਲ੍ਹਣ ਦੇਣਾ। ਮਹਾਰਾਜਾ ਰਣਜੀਤ ਸਿੰਘ ਦੇ ਜਿਉਂਦਿਆਂ ਕੋਈ ਵੀ ਸਕੂਲ ਉਹਨਾਂ ਦੇ ਰਾਜ ਦੇ ਵਿੱਚ ਜਿਹੜਾ ਸੀ ਨਾ ਕੋਨਵੈਂਟ ਸਕੂਲ ਜਿਹੜਾ ਸੀ ਉਹ ਨਹੀਂ ਖੁੱਲ੍ਹਾ, ਕਿਉਂਕਿ ਉਹ ਸੁਚੇਤ ਸਨ ਕਿ ਅੰਗਰੇਜ਼ਾਂ ਦੀ ਇਸ ਨੀਤੀ ਦੇ ਨਾਲ ਸਿੱਖ ਧਰਮ ਦੇ ਉੱਤੇ ਜਿਹੜਾ ਸਿੱਖ ਸੱਭਿਆਚਾਰ ਦੇ ਉੱਤੇ ਜਿਹੜਾ ਵਾ ਕੀ ਅਸਰ ਜਿਹੜਾ ਨਾ ਇਸ ਦਾ ਜਿਹੜਾ ਉਹ ਪੈਣਾ ਹੈ। ਅਤੇ ਗੁਰੂ ਪਿਆਰਿਓ ਉਸ ਤੋਂ ਬਾਅਦ ਜਿਹੜਾ ਵਾ 1843 ਦੇ ਵਿੱਚ ਚਰਚ ਮਿਸ਼ਨਰੀ ਸੁਸਾਇਟੀ ਜਿਹੜੀ ਉਸਨੇ ਕੋਟਗੜ੍ਹ ਸਿਮਲੇ ਦੇ ਵਿੱਚ ਜਿਹੜਾ ਪਹਿਲਾ ਕੋਨਵੈਂਟ ਸਕੂਲ ਜਿਹੜਾ ਹੈ ਨਾ ਉਹ ਖੋਲ੍ਹਿਆ ਸੀ। ਉਸ ਤੋਂ ਬਾਅਦ 1848 ਦੇ ਵਿੱਚ ਜਦੋਂ ਇਹ ਦੁਆਬੇ ਦਾ ਇਲਾਕਾ ਸਿੱਖ ਰਾਜ ਦੇ ਵਿੱਚੋਂ ਖੁੱਸਣਾ ਸ਼ੁਰੂ ਹੋ ਗਿਆ ਸੀ ਉਦੋਂ ਜਲੰਧਰ ਦੇ ਵਿੱਚ ਜਿਹੜਾ ਨਾ ਪਹਿਲਾ ਈਸਾਈ ਮਿਸ਼ਨਰੀ ਸਕੂਲ ਜਿਹੜਾ ਸੀ ਨਾ ਉਹ ਆਇਆ ਸੀ। ਉਸ ਤੋਂ ਬਾਅਦ 1853 'ਚ ਅੰਮ੍ਰਿਤਸਰ ਦੀ ਧਰਤੀ 'ਤੇ ਆਇਆ, 1854 'ਚ ਅੰਬਾਲੇ ਦੇ ਵਿੱਚ ਕੋਨਵੈਂਟ ਸਕੂਲ ਜਿਹੜਾ ਉਹ ਖੁੱਲ੍ਹਿਆ। ਇਸ ਤਰੀਕੇ ਦੇ ਨਾਲ ਜਿਹੜਾ ਵਾ ਉਹਨਾਂ ਦਾ ਇੱਕ ਜਾਲ ਜਿਹੜਾ ਸੀ ਸਿੱਖ ਜਿਹੜੀ ਸਿੱਖ ਪਰੰਪਰਾ ਦੀ ਐਜੂਕੇਸ਼ਨ ਸੀ ਉਹਦੇ 'ਤੇ ਪੈਣਾ ਜਿਹੜਾ ਉਹ ਸ਼ੁਰੂ ਹੋਇਆ ਸੀ। ਇਹਦੇ ਵਿੱਚੋਂ ਹੀ ਇਸੇ ਐਜੂਕੇਸ਼ਨ ਦੇ ਵਿੱਚੋਂ ਜੇ ਦੇਖੀਏ ਤਾਂ ਆਮ ਲੋਕ ਜਿਹੜੇ ਨੇ ਉਹਨਾਂ ਨੇ ਤਾਂ ਪ੍ਰਭਾਵਿਤ ਹੋਣਾ ਹੀ ਹੋਣਾ ਸੀ।
ਜਿਹੜੀਆਂ ਸਿੱਖ ਰੋਇਲ ਮੈਂ ਹੈਗੀਆਂ ਸੀ ਫੈਮਲੀਜ਼ ਉਹ ਵੀ ਪ੍ਰਭਾਵਿਤ ਹੋਈਆਂ, ਜਿਹਦੇ ਵਿੱਚ ਕਪੂਰਥਲੇ ਦਾ ਰਾਜਾ ਜਿਹੜਾ ਸੀ ਇੱਕ ਉਹ ਈਸਾਈ ਬਣਿਆ ਸੀ ਜਿਹੜਾ ਉੱਥੋਂ ਦੇ ਇੱਕ ਸਕੂਲ ਦੇ ਵਿੱਚੋਂ ਜਿਹੜਾ ਕੌਨਵੈਂਟ ਸਕੂਲ ਦਾ ਜਿਹੜਾ ਪੜ੍ਹਿਆ ਸੀ। ਇਸ ਤਰੀਕੇ ਦੇ ਨਾਲ ਦਾਊਦ ਸਿੰਘ ਅੰਮ੍ਰਿਤਸਰ ਦਾ ਇੱਕ ਗ੍ਰੰਥੀ ਸਿੰਘ ਸੀ, ਉਹਨੂੰ ਇਹਨਾਂ ਨੇ ਜਿਹੜਾ ਈਸਾਈਅਤ ਦੇ ਵਿੱਚ ਲਿਆਂਦਾ। ਮਹਾਰਾਜਾ ਦਲੀਪ ਸਿੰਘ ਦਾ ਵੀ ਹੈ ਇਸ ਤਰੀਕੇ ਦੇ ਨਾਲ। ਸਿੰਘ ਸਭਾ ਲਹਿਰ ਵੀ ਜਿਹੜੀ ਹੈ ਇਸੇ ਫਿਕਰ ਦੇ ਵਿੱਚੋਂ ਨਿਕਲੀ ਸੀ, ਜਦੋਂ ਈਸਾਈ ਸਕੂਲ ਦੇ ਵਿੱਚ ਪੜ੍ਹਦੇ ਚਾਰ ਬੱਚੇ ਜਿਹੜੇ ਸਨ ਜਿਨ੍ਹਾਂ ਨੂੰ ਈਸਾਈ ਬਣਾਇਆ ਗਿਆ ਸੀ, ਉਸੇ ਦਰਦ ਦੇ ਵਿੱਚੋਂ ਸਿੰਘ ਸਭਾ ਲਹਿਰ ਜਿਹੜੀ ਹੈ ਨਾ ਗੁਰੂ ਪਿਆਰਿਓ ਉਹ ਨਿਕਲੀ ਸੀ। 1947 ਤੋਂ ਬਾਅਦ ਦੀ ਜੇ ਗੱਲ ਕਰੀਏ ਤਾਂ ਉਦੋਂ ਨੀਤੀ ਜਿਹੜੀ ਆ ਉਹ ਅਲੱਗ ਤਰ੍ਹਾਂ ਦੀ ਜਿਹੜੀ ਬਣ ਗਈ। ਜਿੱਥੇ ਪਹਿਲਾਂ ਨੀਤੀ ਹੋਰ ਸੀ ਉੱਥੇ ਸਿੱਖਾਂ ਦੀ ਸਿਧਾਂਤਕ ਤੌਰ ਦੇ ਉੱਤੇ ਜਿਹੜੀ ਸੀ ਨਾ ਘੇਰਾਬੰਦੀ ਇੱਕ ਤਰ੍ਹਾਂ ਦੀ ਕਰਨੀ ਸ਼ੁਰੂ ਕਰ ਦਿੱਤੀ ਗਈ ਸਰਕਾਰ ਵੱਲੋਂ, ਪਰ 1984 ਤੋਂ ਬਾਅਦ ਆ ਜਿਹੜੀ ਆ ਵਿਸ਼ੇਸ਼ ਤੌਰ 'ਤੇ ਸਿੱਖ ਐਜੂਕੇਸ਼ਨ ਨੂੰ ਜਿਹੜਾ ਵਾ ਉਹ ਡਾਊਨ ਜਿਹੜਾ ਉਹ ਕੀਤਾ ਗਿਆ। ਉਹਦੇ ਵਿੱਚ ਸਿੱਖ ਐਜੂਕੇਸ਼ਨ ਦੇ ਵਿੱਚ ਕਈ ਪੱਖਾਂ ਤੋਂ, ਸੱਭਿਆਚਾਰਕ ਪੱਖ ਤੋਂ ਕਈ ਪੱਖਾਂ ਤੋਂ ਜਿਹੜਾ ਵਾ ਹੌਲੀ ਹੌਲੀ ਕਈ ਤਰ੍ਹਾਂ ਦੀਆਂ ਮਿਲਾਵਟਾਂ ਕੀਤੀਆਂ ਗਈਆਂ। ਜਿਹੜਾ ਸਿੱਖ ਮਾਇੰਡ ਸੀ ਇਹਨੂੰ ਕਿਸੇ ਹੋਰ ਪਾਸੇ ਜਿਹੜਾ ਉਹ ਲਾਇਆ ਗਿਆ, ਜਿਸ ਦੀ ਪੈਦਾਸ਼ ਅੱਜ ਸਾਡੀ ਸਿੱਖ ਯੂਥ ਬਹੁਤ ਸਾਰੀ ਜਿਹੜੀ ਆ ਉਸ ਚੀਜ਼ ਤੋਂ ਪ੍ਰਭਾਵਿਤ ਵੀ ਜਿਹੜੀ ਹੈਗੀ ਹੈ। ਗੁਰੂ ਪਿਆਰ 1947 ਤੋਂ ਬਾਅਦ ਆ ਵਿਸ਼ੇਸ਼ ਤੌਰ 'ਤੇ ਜਿੱਥੇ ਏਜੰਸੀਆਂ ਨੇ ਸਰਕਾਰਾਂ ਨੇ ਪ੍ਰਭਾਵਿਤ ਕੀਤਾ ਹੈ, ਉੱਥੇ ਕਮਿਊਨਿਸਟ ਜਿਹੜੇ ਸਨ ਉਹਨਾਂ ਨੇ ਵੀ ਸਿੱਖ ਐਜੂਕੇਸ਼ਨ ਨੂੰ ਜਿਹੜਾ ਵਾ ਨਾ ਉਹ ਨਿਸ਼ਾਨਾ ਬਣਾਇਆ। ਸੰਤ ਸਿੰਘ ਸੇਖੋਂ 1951 ਦੇ ਵਿੱਚ ਪਹਿਲੀ ਵਾਰ ਪੰਜਾਬ ਦੇ ਵਿੱਚ ਜਿਹੜਾ ਉਹ ਸਿਲੇਬਸ ਬਣਦਾ ਹੈ ਐੱਮ ਏ ਦਾ, ਅਤੇ ਸੰਤ ਸਿੰਘ ਸੇਖੋਂ ਜਿਹੜਾ ਹੈ ਨਾ ਉਹ ਦੇ ਵਿੱਚੋਂ ਸਿੱਖ ਸਾਹਿਤ ਨੂੰ ਕੱਢ ਕੇ ਕਿੱਸਾ ਸਾਹਿਤ ਜਿਹੜਾ ਹੈ ਨਾ ਉਹ ਲਿਆਉਂਦਾ ਹੈ। ਅੱਜ ਵੀ ਜੇ ਕੋਈ ਐੱਮ ਏ ਪੰਜਾਬੀ ਦੀ ਕਰ ਰਿਹਾ ਹੈ ਤਾਂ ਉਹ ਦੇਖ ਸਕਦਾ ਹੈ ਕਿ ਉਹਦੇ ਵਿੱਚ ਗੁਰਮਤ ਸਾਹਿਤ ਕਿੰਨਾ ਹੈ, ਕਿੱਸਾ ਸਾਹਿਤ ਜਿਹੜਾ ਉਹ ਕਿੰਨਾ ਹੈ, ਅੱਜ ਕਿੱਸਾ ਸਾਹਿਤ ਦੇ ਉੱਤੇ ਕਿੰਨੀਆਂ PhDs ਹੋ ਚੁੱਕੀਆਂ ਨੇ, ਜੋ ਕੁਝ ਵੀ ਹੈ ਇਹ ਸਾਰਾ ਉਸ ਮਾਇੰਡ ਦੇ ਵਿੱਚੋਂ ਹੀ ਜਿਹੜਾ ਵਾ ਉਹ ਨਿਕਲੀ ਹੋਈ ਜਿਹੜੀ ਆ ਉਹ ਚੀਜ਼ ਹੈ। ਗੁਰੂ ਪਿਆਰਿਓ ਇਸ ਤਰੀਕੇ ਦੇ ਨਾਲ ਜਿਹੜਾ ਵਾ ਸਾਨੂੰ ਅਲੱਗ ਅਲੱਗ ਸਮੇਂ 'ਤੇ ਜਿਹੜਾ ਸਿੱਖ ਐਜੂਕੇਸ਼ਨ ਨੂੰ ਜਿਹੜਾ ਪ੍ਰਭਾਵਿਤ ਕੀਤਾ ਗਿਆ ਹੈ। ਅਤੇ ਕੌਨਵੈਂਟ ਸਕੂਲ ਜਿਹੜਾ ਹੈ ਜਿਹਦੇ ਵਿੱਚ ਅੱਜ ਕੱਲ੍ਹ ਅੰਗਰੇਜ਼ੀ ਦੇ ਪਿੱਛੇ ਸਾਡੇ ਲੋਕ ਜਿਹੜੇ ਪਏ ਹੋਏ ਨੇ, ਗੁਰੂ ਪਿਆਰਿਓ ਸਕੂਲ ਦੀ ਪਹਿਲੀ ਲੋੜ ਕੀ ਹੈ, ਸਾਖਰਤਾ ਹੈ ਜਾਂ ਅੰਗਰੇਜ਼ੀ ਹੈ, ਸਿੱਖਿਅਤ ਹੋਣਾ ਹੈ ਜਾਂ ਅੰਗਰੇਜ਼ੀ ਸਿੱਖਣਾ ਹੈ, ਲੋੜ ਕੀ ਹੈ ਸਕੂਲ ਦੀ ਪਹਿਲੀ। ਜੇ ਸਾਡੇ ਦੇਸ਼ ਦੀ ਸਾਖਰਤਾ ਦਰ ਦੇਖੀ ਜਾਵੇ ਤਾਂ 69% ਤੱਕ ਹੀ ਜਿਹੜੀ ਹੈਗੀ ਹੈ, ਅਤੇ ਜੇ ਸੰਸਾਰ ਦੇ 90% ਦੇਸ਼ਾਂ ਦੇ ਵਿੱਚ ਦੇਖੀਏ ਤਾਂ ਉਹਨਾਂ ਦੀ ਸਾਖਰਤਾ ਦਰ ਜਿਹੜੀ ਉਹ 95% ਤੱਕ ਜਿਹੜੀ ਆ ਉਹ ਹੈ। ਇਸ ਦਾ ਕਾਰਨ ਕੀ ਕਿ ਭਾਰਤ ਦੇ ਵਿੱਚ 7 ਲੱਖ ਸਕੂਲ ਨਰਸਰੀ ਕਲਾਸ ਤੋਂ ਹੀ ਅੰਗਰੇਜ਼ੀ ਪੜ੍ਹਾਉਣ 'ਚ ਲੱਗੇ ਹੋਏ ਆ, ਹੁਣ ਜਿਹੜੇ ਆ ਉਹ ਜ਼ਿਆਦਾ ਵੱਧ ਗਏ ਹੋਏ ਨੇ ਇਸ ਸਾਲ ਤੱਕ। 7 ਲੱਖ ਸਕੂਲ ਨਰਸਰੀ ਕਲਾਸ ਤੋਂ ਹੀ ਜਿਹੜੇ ਐਜੂਕੇਸ਼ਨ ਅੰਗਰੇਜ਼ੀ ਦੇ ਵਿੱਚ ਦੇਣ ਤੋਂ ਜਿਹੜੇ ਆ ਉਹ ਲੱਗੇ ਹੋਏ ਨੇ, ਅਤੇ 5ਵੀਂ ਕਲਾਸ ਤੱਕ 36% ਬੱਚੇ ਜਿਹੜੇ ਉਹਨਾਂ ਨੂੰ ਪੰਜਾਬੀ ਵਰਨਮਾਲਾ ਜਿਹੜੀ ਹੈ ਨਾ ਉਹਦਾ ਗਿਆਨ ਨਹੀਂ ਹੈਗਾ। ਹਾਈ ਸਕੂਲ ਦੇ ਵਿੱਚ ਜੋ ਬੱਚੇ 6ਵੀਂ ਕਲਾਸ ਦੇ ਵਿੱਚ ਜਾਂਦੇ ਨੇ ਤਾਂ ਉਦੋਂ 6ਵੀਂ ਕਲਾਸ ਦਾ ਜਿਹੜਾ ਅਧਿਆਪਕ ਉਹ ਇੱਕ ਸ਼ਿਕਾਇਤ ਕਰਦਾ ਜਾਂਦਾ ਕਿ 5ਵੀਂ ਦੇ ਜਿਹੜੇ ਬੱਚੇ ਆਏ ਨਾ ਉਹਨਾਂ ਦੇ ਵਿੱਚ 20% ਬੱਚੇ ਉਹ ਨੇ ਜਿਹੜੇ ਅੱਖਰ ਵੀ ਨਹੀਂ ਪਹਿਚਾਣ ਪਾਉਂਦੇ। ਕਿਉਂਕਿ ਮੈਂ ਖੁਦ ਸਕੂਲ ਇੱਥੇ ਗੁਰਦੁਆਰਾ ਸਾਹਿਬ ਕਲਾਸਾਂ ਲੈਂਦਾ ਪਿੰਡ, ਤਾਂ ਉਹਦੇ ਵਿੱਚ 7ਵੀਂ 8ਵੀਂ ਕਲਾਸ ਦੇ ਬੱਚੇ ਜਿਹੜੇ ਆ ਨਾ ਉਹ ਪੰਜਾਬੀ ਦੀ ਇੱਕ ਲਾਈਨ ਜਿਹੜੀ ਆ ਉਹ ਵੀ ਨਹੀਂ, ਕਈ ਤਾਂ ਸ਼ਬਦ ਤੱਕ ਵੀ ਇੱਕ ਜਿਹੜਾ ਨਾ ਉਹ ਨਹੀਂ ਬੋਲ ਪਾਉਂਦੇ, ਇੰਨਾ ਜਿਹੜਾ ਵਾ ਉਹਦੇ ਵਿੱਚ ਬੁਰਾ ਹਾਲ ਹੈ। ਗੁਰੂ ਪਿਆਰਿਓ ਇਹ ਜੇ ਆਪਾਂ 1930 ਤੱਕ ਦੇਖੀਏ ਤਾਂ ਤੁਹਾਨੂੰ ਬਜ਼ੁਰਗਾਂ ਨੂੰ ਯਾਦ ਹੋਏਗਾ ਜਿਹੜੇ ਬਜ਼ੁਰਗ ਬੈਠੇ ਨੇ ਇੱਥੇ ਕਿ ਇੱਕ 3-4 ਕਲਾਸ ਤੱਕ ਉਦੋਂ ਉਰਦੂ ਦੀ ਪੜ੍ਹਾਈ ਸੀ, 3-4 ਕਲਾਸਾਂ ਜਿਹੜਾ ਪੜ੍ਹਿਆ ਸੀ ਨਾ ਬੱਚਾ ਉਹ ਪਟਵਾਰੀ ਲੱਗ ਜਾਂਦਾ ਸੀ। ਅੱਜ 10ਵੀਂ ਕਲਾਸ ਤੱਕ ਵੀ ਜਿਹੜਾ ਹਾਲ ਹੈ ਉਹ ਆਪਾਂ ਜਿਹੜਾ ਉਹ ਦੇਖ ਸਕਦੇ ਹਾਂ। ਇਹਦਾ ਗੁਰੂ ਪਿਆਰੋ ਕੀ ਹੱਲ ਕੀ ਹੈ ਜੇ ਆਪਾਂ ਸੋਚੀਏ ਇਹਨਾਂ ਚੀਜ਼ਾਂ ਦਾ, ਅਤੇ ਸਾਨੂੰ ਪ੍ਰਾਇਮਰੀ ਪੱਧਰ ਦੀ ਜਿਹੜੀ ਐਜੂਕੇਸ਼ਨ ਹੈ ਨਾ ਉਹਦੇ ਬਾਰੇ ਜ਼ਰੂਰ ਖਿਆਲ ਰੱਖਣਾ ਪਏਗਾ। ਉਹ ਕੀ ਹੈ ਕਿ ਪ੍ਰਾਇਮਰੀ ਦਾ ਜਿਹੜਾ ਮਿਆਰ ਹੈ ਨਾ ਦੁਨੀਆ ਭਰ ਦੇ ਵਿੱਚ ਉਹ 5 ਕਲਾਸਾਂ ਤੱਕ ਬਣਾਇਆ ਗਿਆ ਹੈ, 5ਵੀਂ ਤੱਕ ਜਿਹੜਾ ਬਣਾਇਆ ਗਿਆ। ਪਰ ਉਹਦੇ ਵਿੱਚ ਇੱਕ ਹੋਰ ਚੀਜ਼ ਹੈ ਕਿ ਅਸੀਂ ਪ੍ਰਾਇਮਰੀ ਕਲਾਸ ਦਾ ਜਿਹੜਾ ਸਿਲੇਬਸ ਹੈ ਉਹਨੂੰ ਅਸੀਂ ਸਟੇਟ ਲੈਵਲ ਦਾ ਜਿਹੜਾ ਬਣਾ ਦਿੱਤਾ ਹੈ। ਪਰ ਗੁਰੂ ਪਿਆਰਿਓ ਇਹਦਾ ਜਿਹੜਾ ਸਿਲੇਬਸ ਉਹ ਬਲਾਕ ਪੱਧਰ ਦਾ ਜਿਹੜਾ ਚਾਹੀਦਾ ਬੱਚਿਆਂ ਦਾ। ਹੁਣ ਤੁਹਾਨੂੰ ਉਦਾਹਰਣ ਦੇ ਤੌਰ 'ਤੇ ਦੱਸਦਾ ਕਿ ਦੁਆਬੇ ਦਾ ਅਤੇ ਮਾਝੇ ਦਾ ਇਹਨਾਂ ਦੋਨਾਂ ਦੇ ਕਲਚਰ 'ਚ ਫਰਕ ਹੈ। ਈਵਨ ਕਿ ਅਸੀਂ ਦੁਆਬੇ 'ਚ ਜਾਈਏ ਅਤੇ ਉਹ ਜਦ ਗੱਲਾਂ ਕਰਦੇ ਨੇ ਤਾਂ ਉਹਨਾਂ ਦੇ ਕੁਝ ਲਫ਼ਜ਼ ਜਿਹੜੇ ਆ ਨਾ ਉਹ ਸਾਡੀ ਸਮਝ ਨਹੀਂ ਪੈਂਦੇ, ਉਹ ਇੱਥੇ ਆਉਂਦੇ ਨੇ ਤਾਂ ਉਹਨਾਂ ਦੇ ਸਾਡੀਆਂ ਕੁਝ ਗੱਲਾਂ ਸਮਝ ਨਹੀਂ ਪੈਂਦੀਆਂ। ਜੇ ਪਟਿਆਲੇ ਜਾਈਏ ਤਾਂ ਅਸੀਂ ਉੱਧਰ ਦੇਖਦੇ ਹਾਂ ਕਿ ਉਹਨਾਂ ਨੂੰ ਕਹਿੰਦੇ ਕਿ ਤੁਹਾਡੇ ਇੱਧਰ ਪਿੰਡਾਂ ਦੇ ਨਾਂ ਕਿੱਦਾਂ ਦੇ ਆ, ਅਤੇ ਜੇ ਉਹ ਇੱਧਰ ਆਉਂਦੇ ਨੇ ਤਾਂ ਉਹ ਵੀ ਇਹ ਕਹਿੰਦੇ ਨੇ ਕਿ ਤੁਹਾਡੇ ਪਿੰਡਾਂ ਦੇ ਨਾਂ ਜਿਹੜੇ ਹੋਰ ਤਰ੍ਹਾਂ ਦੇ ਨੇ, ਉਹ ਸਾਡਾ ਕਲਚਰ ਅਲੱਗ ਹੈ, ਉਹਨਾਂ ਦਾ ਜਿਹੜਾ ਕਲਚਰ ਹੈ ਉਹ ਅਲੱਗ ਹੈ। ਇਸ ਤਰੀਕੇ ਦੇ ਨਾਲ ਹਰ ਇਲਾਕੇ ਦਾ ਕਲਚਰ
ਭਾਸ਼ਾ ਇਹ ਸਾਰੀਆਂ ਚੀਜ਼ਾਂ ਅਲੱਗ ਅਲੱਗ ਜਿਹੜੀਆਂ ਹੁੰਦੀਆਂ ਨੇ ਔਰ ਪ੍ਰਾਇਮਰੀ ਦਾ ਜਿਹੜਾ ਬੱਚਾ ਹੈ ਉਹ ਤਾਂ ਬਹੁਤ ਛੋਟਾ ਹੈ ਉਹ ਆਪਣੇ ਕਲਚਰ ਦੇ ਵਿੱਚੋਂ ਹੀ ਆਪਣੇ ਸ਼ਬਦ ਜਿਹੜੀਆਂ ਸਾਰਾ ਕੁਝ ਪੜ੍ਹਾਈ ਜਿਹੜੀ ਆ ਉਹ ਲੈ ਸਕਦਾ ਹੈ ਅਤੇ ਇਸ ਤਰੀਕੇ ਦੇ ਨਾਲ ਸੱਭਿਆਚਾਰਕ ਪੱਖ ਤੋਂ ਭੂਗੋਲਿਕ ਪੱਖ ਤੋਂ ਰੀਤੀ ਰਿਵਾਜ਼ਾਂ ਦੇ ਪੱਖ ਤੋਂ ਤਿਉਹਾਰਾਂ ਦੇ ਪੱਖ ਤੋਂ ਜਿਹੜਾ ਹੈ ਨਾ ਮਾਝੇ ਮਾਲਵੇ ਦੁਆਬੇ ਦਾ ਜਿਹੜਾ ਫਰਕ ਹੈ ਅਤੇ ਜੇ ਪ੍ਰਾਇਮਰੀ ਦਾ ਜਿਹੜਾ ਸਿਲੇਬਸ ਹੋਣਾ ਚਾਹੀਦਾ ਹੈ ਨਾ ਉਹ ਬਲਾਕ ਪੱਧਰ ਦਾ ਹੋਣਾ ਚਾਹੀਦਾ ਹੈ ਹਰੇਕ ਬਲਾਕ ਦਾ ਸਾਨੂੰ ਜਿਹੜਾ ਉਹ ਸੋਚਣਾ ਪਏਗਾ ਜੇ ਹਾਈ ਸਕੂਲ ਦਾ ਦੇਖੀਏ ਜਿਹੜਾ ਉਹ ਸੂਬਾਈ ਪੱਧਰ ਦਾ ਹੋਣਾ ਚਾਹੀਦਾ ਸੂਬੇ ਦੇ ਪੱਧਰ ਦਾ ਹੋਣਾ ਚਾਹੀਦਾ ਉਸ ਤੋਂ ਉੱਪਰ ਜਿਹੜਾ ਉਹ ਦੇਸ਼ ਲੈਵਲ ਦਾ ਇੱਕ ਇਹਦੇ 'ਚ ਹੋਰ ਖਾਸ ਚੀਜ਼ ਜਿਹੜੀ ਹੈ ਨਾ ਉਹ ਜਿਹਦੇ ਵੱਲ ਧਿਆਨ ਦੇਣ ਦੀ ਲੋੜ ਹੈ ਉਹ ਇਹ ਕਿ ਪੰਜਾਬ ਜੇ ਇੱਥੇ ਪੰਜਾਬ ਦਾ ਬੋਰਡ ਹੀ ਚਾਹੇ ਇੰਗਲਿਸ਼ ਮੀਡੀਅਮ ਹੈ ਚਾਹੇ ਕੋਈ ਪੰਜਾਬ ਦਾ ਬੋਰਡ ਹੀ ਜਿਹੜਾ ਨਾ ਉਸਨੂੰ ਲਾਗੂ ਰੱਖਣਾ ਪਏਗਾ ਜੇ ਅਸੀਂ ਪੰਜਾਬ ਦੇ ਵਿੱਚ ਦੇਖੀਏ ਪੰਜਾਬ ਐਜੂਕੇਸ਼ਨ ਬੋਰਡ ਤੋਂ ਇਲਾਵਾ ਹੋਰ ਪਤਾ ਨਹੀਂ ਕਿੰਨੇ ਕੁ ਬੋਰਡ ਜਿਹੜੇ ਅਲੱਗ ਅਲੱਗ ਜਿਹੜੇ ਸਕੂਲਾਂ ਦੇ ਵਿੱਚ ਨੇ CBSE ਦਾ ਕੋਈ ਹੋਰ ਬੋਰਡ ਜਿਹੜੇ ਉਹ ਹੈਗੇ ਨੇ ਇਹਨਾਂ ਨੇ ਸਾਡੀ ਜਿਹੜਾ ਵਾ ਕਲਚਰ ਨੂੰ ਧਰਮ ਨੂੰ ਸਾਰੀਆਂ ਪੱਖਾਂ ਨੂੰ ਬਹੁਤ ਮਜ਼ਬੂਤ ਕੀਤਾ ਹੈ ਜੇ CBSE ਬੋਰਡ ਦਿੱਲੀ ਦਾ ਹੈ ਤਾਂ ਸਾਡਾ ਕਲਚਰ ਜਿਹੜਾ ਪੰਜਾਬ ਦਾ ਹੋਰ ਹੈ ਉਹਨਾਂ ਦਾ ਜਿਹੜਾ ਸਿਲੇਬਸ ਹੈ ਉਹ ਦਿੱਲੀ ਦੇ ਕਲਚਰ ਦੇ ਹਿਸਾਬ ਦੇ ਨਾਲ ਜਿਹੜਾ ਹੋਏਗਾ ਭਾਸ਼ਾ ਦੇ ਪੱਖ ਤੋਂ ਵੀ ਦੇਖੋ ਰੀਤੀ ਰਿਵਾਜ਼ਾਂ ਦੇ ਪੱਖ ਤੋਂ ਵੀ ਦੇਖੋ ਇਹਦੀਆਂ ਬਹੁਤ ਸਾਰੀਆਂ ਉਦਾਹਰਨਾਂ ਜਿਹੜੀਆਂ ਦਿੱਤੀਆਂ ਜਾ ਸਕਦੀਆਂ ਨੇ ਕਿ ਛੋਟੇ ਬੱਚਿਆਂ ਦੇ ਜਿਹੜੇ ਹੈਗੇ ਨੇ ਲੇਖ ਨੇ ਉਹਨਾਂ ਦੇ ਵਿੱਚੋਂ ਕਈ ਚੀਜ਼ਾਂ ਜਿਹੜੀਆਂ ਵਾ ਉਹ ਸਾਡੇ ਬਜ਼ੁਰਗ ਪੜ੍ਹਾ ਰਹੇ ਹੁਣ ਤਾਂ ਉਹ ਉਹਨਾਂ ਨੂੰ ਡਿਫਾਈਨ ਨਹੀਂ ਕਰ ਸਕਦੇ ਅਤੇ ਅਧਿਆਪਕ ਨੇ ਤਾਂ ਚਲੋ ਇੱਕ ਤਰ੍ਹਾਂ ਦਾ ਰੱਟਾ ਲਗਾਇਆ ਹੁੰਦਾ ਹੈ ਪਰ ਇਹ ਚੀਜ਼ਾਂ ਨੂੰ ਜਿਹੜਾ ਸੋਚਣ ਦੀ ਜਿਹੜਾ ਲੋੜ ਹੈ ਹਾਈ ਸਕੂਲ ਦਾ ਜਿਹੜਾ ਪੱਧਰ ਹੈ ਉਸਨੂੰ ਵੀ ਸੋਚਣ ਦੀ ਜਿਹੜੀ ਲੋੜ ਹੈ ਅਤੇ ਕੁਝ ਜਿਹੜੀ ਸਾਡੀ ਨੌਜਵਾਨ ਹੈਗੇ ਨੇ ਉਹਨਾਂ ਦੇ ਨਾਲ ਵੀ ਕੁਝ ਗੱਲਬਾਤ ਇਹਦੇ ਵਿੱਚ 17 ਸਾਲ ਤੱਕ ਦਾ ਬੱਚਾ ਜਿਹੜਾ ਹੈ ਨਾ ਜੇ ਆਪਾਂ ਉਹਦਾ ਪੂਰਾ ਦੇਖੀਏ ਤਾਂ ਜ਼ਿੰਦਗੀ ਦੇ ਵਿੱਚ ਘੱਟੋ ਘੱਟ ਉਹ 25,000 ਘੰਟੇ ਜਿਹੜੇ ਆ ਨਾ ਉਹ ਸਕੂਲ 'ਚ ਬਿਤਾਉਂਦਾ ਹੈ ਜੇ ਉਹ ਘਰ 'ਚ ਬੱਚਾ ਆਉਂਦਾ ਹੈ ਤਾਂ ਉਹ 2-3 ਘੰਟੇ ਤਾਂ ਹੋਮਵਰਕ 1.5-2 ਘੰਟੇ ਕਰਨ ਦੇ ਉੱਤੇ ਜਿਹੜਾ ਉਹ ਲਾ ਦਿੰਦਾ ਹੈ ਅਤੇ ਮਾਂ ਪਿਓ ਦੇ ਕੋਲ ਤਾਂ ਘਰ ਬੱਚਾ ਅੱਜ ਕੱਲ੍ਹ ਸੌਣ ਦੇ ਹੀ ਸਿਰਫ ਜਿਹੜਾ ਨਾ ਉਹ ਆਉਂਦਾ ਹੈ ਹੁਣ ਇੱਥੇ ਮਾਂ ਪਿਓ ਨੂੰ ਜਿਹੜਾ ਹੈ ਨਾ ਬੇਸ਼ੱਕ ਥੋੜ੍ਹਾ ਟਾਈਮ ਹੈ ਪਰ ਮਾਂ ਪਿਓ ਨੂੰ ਬੱਚੇ ਦੇ ਉੱਪਰ ਖਾਸ ਧਿਆਨ ਰੱਖਣ ਦੀ ਜਿਹੜੀ ਆ ਨਾ ਉਹ ਲੋੜ ਹੈ ਕਿ ਬੱਚੇ ਦੀ ਦੋਸਤੀ ਕਿਸ ਦੇ ਨਾਲ ਹੈ ਬੱਚੇ ਦੀ ਰੁਚੀ ਜਿਹੜੀ ਆ ਉਹ ਕੀ ਆ ਉਹਦੀ ਰੁਚੀ ਦਾ ਵਿਕਾਸ ਜਿਹੜਾ ਉਹ ਕਿੱਦਾਂ ਕੀਤਾ ਜਾਵੇ ਬੱਚਾ ਕੋਈ ਗਲਤ ਆਦਤ ਤਾਂ ਨਹੀਂ ਸਿੱਖ ਰਿਹਾ ਅਤੇ ਵਿਦਿਆਰਥੀ ਦੇ ਜਿਹੜੇ ਆ ਉਹ ਵੀ ਫਰਜ਼ ਨੇ ਕੁਝ ਗੁਰਪਿਆਰਿਓ ਸਭ ਤੋਂ ਪਹਿਲਾਂ ਵਿਦਿਆਰਥੀ ਜਿਹੜਾ ਹੈ ਨਾ ਉਹਨੂੰ ਇੱਕ ਸਮਾਂ ਸਾਰਨੀ ਜਿਹੜੀ ਆ ਉਹ ਨਿਰਧਾਰਿਤ ਕਰਨੀ ਪਏਗੀ ਟਾਈਮ ਟੇਬਲ ਜਿਹੜਾ ਹੈ ਟਾਈਮ ਟੇਬਲ ਤੋਂ ਬਿਨਾਂ ਜਿਹੜਾ ਹੈ ਨਾ ਕੋਈ ਵੀ ਵਿਦਿਆਰਥੀ ਜਿਹੜਾ ਉਹ ਕਾਮਯਾਬ ਨਹੀਂ ਹੋ ਸਕਦਾ ਇੱਕ ਉਹਨੂੰ ਜ਼ਿੰਦਗੀ 'ਚ ਆਪਣਾ ਏਮ ਜਿਹੜਾ ਉਹ ਨਿਰਧਾਰਿਤ ਕਰਨਾ ਪਏਗਾ ਵਿਦਿਆਰਥੀ ਦਾ ਲਾਇਬ੍ਰੇਰੀ ਦੇ ਨਾਲ ਪਿਆਰ ਹੋਣਾ ਚਾਹੀਦਾ ਹੈ ਕਿ ਲਾਇਬ੍ਰੇਰੀ ਨੂੰ ਕਿੰਨਾ ਟਾਈਮ ਜਿਹੜਾ ਵਾ ਉਹ ਦੇ ਰਿਹਾ ਹੈ ਉਹਦਾ ਗਰੀਬੀ ਜਾਂ ਅਮੀਰੀ ਦੇ ਨਾਲ ਜਿਹੜਾ ਕੋਈ ਸੰਬੰਧ ਨਹੀਂ ਹੋਣਾ ਚਾਹੀਦਾ ਗੁਰੂ ਪਿਆਰੋ ਇਸ ਤਰੀਕੇ ਦੇ ਨਾਲ ਅਧਿਆਪਕ ਦੇ ਵੀ ਜਿਹੜੇ ਕੁਝ ਫਰਜ਼ ਨੇ ਅਧਿਆਪਕ ਜੋ ਪੜ੍ਹਾ ਰਿਹਾ ਹੈ ਕਿ ਉਹ 'ਤੇ ਅਧਿਆਪਕ ਅਮਲ ਕਰ ਰਿਹਾ ਹੈ ਹੁਣ ਅਧਿਆਪਕ ਜਿਹੜਾ ਮੰਨ ਲਓ ਇਹ ਕਲਾਸਰੂਮ ਦੇ ਵਿੱਚ ਪੜ੍ਹਾ ਰਿਹਾ ਹੋਵੇ ਪੜ੍ਹਾ ਰਿਹਾ ਹੋਵੇ ਸਫਾਈ ਦੇ ਬਾਰੇ ਅਤੇ ਕਲਾਸਰੂਮ ਦੇ ਵਿੱਚ ਜਾਲੇ ਲੱਗੇ ਹੋਣ ਉਹ ਤਾਲਮੇਲ ਜਿਹੜਾ ਉਹ ਨਹੀਂ ਬੈਠੇਗਾ ਅਤੇ ਗੁਰੂ ਪਿਆਰਿਓ ਪੰਜਾਬ ਦੇ ਅਧਿਆਪਕ ਜਿਹੜੇ ਨੇ ਸਕੂਲਾਂ ਦੇ ਮਾਫ਼ ਕਰਨਾ ਉਹਦੇ ਵਿੱਚ ਕੋਈ 60% ਅਧਿਆਪਕ ਜਿਹੜੇ ਉਹ ਆੜ੍ਹਤੀਏ ਨੇ ਆੜ੍ਹਤ ਦਾ ਕੰਮ ਜਿਹੜਾ ਉਹਨਾਂ ਨੇ ਖੋਲ੍ਹਿਆ ਹੋਇਆ 20% ਤੱਕ ਜਿਹੜੇ ਅਧਿਆਪਕ ਨੇ ਉਹਨਾਂ ਨੇ ਘਰਾਂ ਦੇ ਵਿੱਚ ਕੋਈ ਦੁਕਾਨਾਂ ਜਿਹੜੀਆਂ ਖੋਲ੍ਹੀਆਂ ਹੋਈਆਂ ਨੇ ਔਰ ਮੈਂ ਸਮਝਦਾ ਕਿ ਅਧਿਆਪਕ ਇੱਕ ਇਸ ਤਰ੍ਹਾਂ ਦਾ ਕਿ ਜਿਸ ਨੂੰ ਹਰ ਵਕਤ ਆਪਣੇ ਆਪ ਨੂੰ ਜਿਹੜਾ ਵਾ ਪੜ੍ਹਦੇ ਰਹਿਣਾ ਪਏਗਾ ਆਪਣੇ ਆਪ ਨੂੰ ਜਿਹੜਾ ਅਪਡੇਟ ਜਿਹੜਾ ਵਾ ਨੌਲੇਜ ਨੂੰ ਜਾਣਕਾਰੀ ਨੂੰ ਜਿਹੜਾ ਉਹ ਕਰਦੇ ਰਹਿਣਾ ਪਏਗਾ ਗੁਰੂ ਪਿਆਰੋ ਇਸ ਤੋਂ ਇਲਾਵਾ ਪੰਜਾਬ ਦਾ ਨੌਜਵਾਨ ਜਿਹੜਾ ਹੈ ਨਾ ਉਹਨੂੰ ਆਪ ਆਪਣੇ ਫਰਜ਼ ਜਿਹੜੇ ਕੁਝ ਉਹ ਪਛਾਣਨੇ ਪੈਣਗੇ ਮੇਰੀ ਆਸ ਹੈ ਕਿ ਪੰਜਾਬ ਦਾ ਨੌਜਵਾਨ ਹੁਣ ਬਹੁਤਾ ਚਿਰ ਜਿਹੜਾ ਉਹ ਗੁੰਮਰਾਹ ਨਹੀਂ ਰਹਿ ਸਕਦਾ ਦਸਾਂ ਗੁਰੂਆਂ ਦੇ ਵਸਾਏ ਪੰਜਾਬ 'ਚ ਫਿਰ ਤੋਂ ਮੱਲ ਅਖਾੜੇ ਜਿਹੜੇ ਆ ਉਹ ਲੱਗਣਗੇ ਫਿਰ ਤੋਂ ਕਵੀ ਧੰਨਾ ਸਿੰਘ ਦੇ ਵਾਰਸ ਜਿਹੜੇ ਆ ਉਹ ਕਲਮ ਅਤੇ ਕਿਰਪਾਨ ਦੇ ਧਨੀ ਹੋ ਕੇ ਅਨੰਦਪੁਰ ਸਾਹਿਬ ਤੋਂ ਚਮਕੌਰ ਸਾਹਿਬ ਦਾ ਜਿਹੜਾ ਸਫ਼ਰ ਹੈ ਉਹਨੂੰ ਤੈਅ ਕਰਨਗੇ ਫਿਰ ਤੋਂ ਪੰਜਾਬ ਦਿਆਂ ਮੋੜਾਂ ਦੇ ਉੱਤੇ ਸਰਾਵਾਂ ਤੋਂ ਬੱਸ ਸਟੈਂਡ ਤੋਂ ਕੌਮ ਦੀ ਆਜ਼ਾਦ ਹਸਤੀ ਦਾ ਐਲਾਨ ਜਿਹੜਾ ਹੈ ਉਹ ਹੋਏਗਾ ਗੀਤਾਂ ਅਤੇ ਨਸ਼ਿਆਂ ਦੇ ਬਰੂਦਾਂ ਦੀ ਗੱਲ ਕਰਨ ਵਾਲੇ ਜਿਹੜੇ ਨੇ ਉਹਨਾਂ ਦੀ ਜ਼ੁਬਾਨ 'ਤੇ ਫਿਰ ਤੋਂ ਜਪ ਬਾਣੀ ਜਿਹੜੀ ਆ ਉਹ ਆਵੇਗੀ ਗੁਰੂ ਪਿਆਰੋ ਇਹ ਸਾਡੀ ਭਵਿੱਖੀ ਉਮੀਦ ਆ ਉਹ ਆਪਣਾ ਜਿਹੜਾ ਵਿਰਸਾ ਵਾ ਉਹਨੂੰ ਪਛਾਣੀਏ ਇਹ ਨੌਜਵਾਨ ਜਿਹੜੇ ਨੇ ਉਹ ਤਾਂ ਤਪਦੇ ਸੂਰਜ ਨੇ ਅਤੇ ਸੂਰਜ ਜਿਹੜੇ ਆ ਉਹਨਾਂ ਨੂੰ ਕਦੇ ਬੱਦਲ ਜਿਹੜੇ ਆ ਉਹ ਲੁਕਾ ਕੇ ਨਹੀਂ ਰੱਖ ਸਕਦੇ ਗੁਰੂ ਪਿਆਰਿਓ ਮੈਂ ਆਪਣੀ ਗੱਲ ਇੱਕ ਸ਼ੇਅਰ ਦੇ ਨਾਲ ਜਿਹੜੀ ਉਹ ਖਤਮ ਕਰਨੀ ਚਾਹਾਂਗਾ ਕਿ ਮੰਨਿਆ ਕਿ ਕੋਈ ਬੱਦਲੀ ਧੁੱਪਾਂ ਨੂੰ ਰੋਕ ਵੀ ਲੈਂਦੀ ਹੈ ਉਹ ਚਾਨਣ ਦੇ ਫੰਮਿਆਂ ਤਾਈਂ ਸੋਖ ਵੀ ਲੈਂਦੀ ਹੈ
ਪਰ ਨੂਰ ਦੇ ਜਾਏ ਕਰਨ ਗੁਲਾਮੀ ਗਿਝਦੇ ਨਹੀਂ ਹੁੰਦੇ ਸੂਰਜ ਕਦੇ ਵੀ ਕਣੀਆਂ ਦੇ ਵਿੱਚ ਭਿੱਜਦੇ ਨਹੀਂ ਹੁੰਦੇ ਸੂਰਜ ਕਦੇ ਵੀ ਕਣੀਆਂ ਦੇ ਵਿੱਚ ਭਿੱਜਦੇ ਨਹੀਂ ਹੁੰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ Thank you.